والیِ گلالو مجسمہ آب حیات شہنشاہ دو عالم صاحب شری گرو گرنتھ صاحب مہاراج کی پاون پوتر اور مقدس بودھے بیٹھے بہت ہی مزید حاضری ਸਮਾਗਮ ਦੇ ਵਿੱਚ ਜੁੜੇ ਬੈਠੇ ਹਾਂ। ਇੱਥੇ ਵਧਾਈ ਮੁਬਾਰਕਬਾਦ ਸ਼ਬਦ ਜ਼ਬਾਨ ਤੇ ਨਹੀਂ ਆ ਸਕਦਾ, ਪਰ ਇੱਕ ਗੱਲ ਦਾ ਜੰਮੂ ਦੀਆਂ ਸਰਦਾਂ ਦੇ ਉੱਪਰ ਮਾਣ ਜ਼ਰੂਰ ਹੈ। ਜਦੋਂ ਪਕੌਤੀ ਸੰਪਰਦਾਇਆਂ ਦੇ ਜਾਂ ਪੰਜਾਬ ਦੇ ਡੇਰੇਦਾਰਾਂ ਦੇ ਪ੍ਰਭਾਵ ਦੇ ਅਧੀਨ ਕਿਸੇ ਸਮੇਂ ਸਿੱਖ ਕੌਮ ਦੀ ਵਿਲੱਖਣਤਾ ਔਰ ਨਿਆਰੇਪਨ ਦਾ ਸੂਚਕ ਨਾਨਕ ਸਾਹਿਬ ਤਕਰੀਬਨ ਉਸ ਜੁੰਡਲੀ ਨੇ ਖਤਮ ਕਰ ਦਿੱਤਾ ਹੈ। ਜੁੰਡਲੀ ਦੇ ਤਾਂ ਇੱਕ ਰਾਜਸੀ ਸੱਤਾ ਦੇ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਨੇ। ਆਪ ਜੀ ਦੇ ਪ੍ਰਮਾਣ ਔਰ ਫਖਰ ਇਸ ਕਿ ਆਪ ਜੀ ਆਪਣੇ ਇਤਿਹਾਸ ਦੀ ਕ੍ਰੋਨੋਗ੍ਰਾਫੀ ਨੂੰ ਉਸ ਦੀ ਤਾਰੀਖਾਂ ਵਾਲੀ ਨੂੰ ਸਮਝਦੇ ਹੋਏ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ 2016 ਜੂਨ ਨੂੰ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਪਾਵਨ ਦਿਹਾੜਾ ਮਨਾ ਰਹੇ। ਮੈਂ ਸੋਚਦਾ ਕਿ ਜਿਉਂਦੀ ਜਾਗਦੀ ਕੌਮ ਪੰਛ ਦੀ ਮਿਸਾਲ ਹੈ ਜਿਹੜਾ ਬ੍ਰਾਹਮਣਵਾਦ ਦੇ ਪ੍ਰਭਾਵ ਤੋਂ ਮੁਕਤ ਹੈ, ਜਿਸ ਦੇ ਬਾਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਪਿਆਰਾ ਫਰਮਾਨ ਕੀਤਾ ਹੈ ਕਿ ਤੁਸੀਂ ਮੇਰੇ ਪਿਆਰ ਪ੍ਰਤੀਤ ਦੀ ਰਹਿਨੁਮਾਈ ਦੇ ਪਾਤਰ ਉਹਨਾਂ ਚਿਰ ਤੱਕ ਹੋ ਜਿੰਨਾ ਚਿਰ ਤੱਕ ਤੁਸੀਂ ਵਿਪਰਵਾਦ ਤੋਂ ਬ੍ਰਾਹਮਣਵਾਦ ਤੋਂ ਬਚੇ ਹੋਏ ਹੋ। ਜਦੋਂ ਤੁਸੀਂ ਵੀ ਬ੍ਰਾਹਮਣਵਾਦ ਦੇ ਵਿਪਰਵਾਦ ਦੇ ਖਾਰੇ ਸਮੁੰਦਰ ਦੇ ਵਿੱਚ ਡੁੱਬ ਜਾਓਗੇ ਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਮਾਨ ਹੈ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਉਦੋਂ ਅਸੀਂ ਗੁਰੂ ਦੇ ਪਿਆਰ ਦੇ ਪ੍ਰੇਮ ਦੇ ਪ੍ਰਤੀਤ ਦੇ ਅਸੀਂ ਕਾਬਲ ਨਹੀਂ ਰਹਿ ਜਾਵਾਂਗੇ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ, ਜੇ ਤਾਂ ਅਸੀਂ ਇਸ ਸਾਰੇ ਵਰਤਾਰੇ ਨੂੰ ਸੰਪਰਦਾਇਕ ਕਥਾ ਦੇ ਪ੍ਰਪੇਖ ਦੇ ਵਿੱਚ ਸਰਵਣ ਕਰਨਾ ਹੈ ਤੇ ਫਿਰ ਮੇਰੇ ਖਿਆਲ ਦੇ ਨਾਲ ਉਹ ਰੌਚਕ ਤਾਂ ਹੋ ਸਕਦੀ ਹੈ, ਉਹਦੇ ਵਿੱਚ ਮਿਥਿਹਾਸਿਕ ਕਹਾਣੀਆਂ ਤਾਂ ਹੋ ਸਕਦੀਆਂ ਨੇ, ਉਹਦੇ ਵਿੱਚ ਕਰਮ ਸਿਧਾਂਤ ਤਾਂ ਹੋ ਸਕਦਾ ਹੈ, ਪਰ ਇਤਿਹਾਸਿਕ ਦੇ ਤੱਥ ਜਿਹੜੇ ਨੇ ਉਹ ਖਤਮ ਹੋ ਜਾਣਗੇ, ਲੁਪਤ ਹੋ ਜਾਣਗੇ। ਸੋ ਮੈਂ ਜਿਹੜੀ ਵਾਰਤਾਲਾਪ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਪ੍ਰਚਲਿਤ ਪਰੰਪਰਾ ਤੋਂ ਹਟ ਕੇ ਹੈ, ਇਸ ਕਰਕੇ ਬੜੀ ਹੀ ਕੰਸਨਟ੍ਰੇਸ਼ਨ ਦੇ ਨਾਲ, ਸੰਜੀਦਗੀ ਦੇ ਨਾਲ, ਧਿਆਨ ਦੇ ਨਾਲ ਆਪ ਨੂੰ ਉਹਨਾਂ ਤੱਥਾਂ ਵੱਲ ਧਿਆਨ ਦੇਣਾ ਪਵੇਗਾ। ਸ਼ਹਾਦਤ, ਅਸੀਂ ਸਾਰੇ ਹੀ ਜਾਣਦੇ ਹਾਂ
ਕਿ ਸ਼ਹਾਦਤ ਬੜੀ ਸਹਿਜ ਦੇ ਵਿੱਚ ਹੈ, ਬੜੀ ਨਿਰਮਾਣਤਾ ਦੀ ਅਵਸਥਾ ਦੇ ਵਿੱਚ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਧਰਮ ਦੇ ਵਿੱਚ ਕੋਈ ਸ਼ਹੀਦ ਨਹੀਂ ਹੋਇਆ। ਬਹੁਤ ਸ਼ਹੀਦ ਹੋਏ ਨੇ ਫਲਸਫੇ ਦੇ ਵਿੱਚ। ਸੁਕਰਾਤ ਨੂੰ ਸੋਕਰੇਟਸ ਸ਼ਹੀਦ ਮੰਨਿਆ ਜਾਂਦਾ। ਇਸੇ ਤਰ੍ਹਾਂ ਇਸਲਾਮ ਜਗਤ ਦੇ ਵਿੱਚ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਦੇ ਜਵਾਈ ਬੇਟੀ ਫਾਤਿਮਾ ਦੇ ਖਾਵੰਦ ਹਜ਼ਰਤ ਅਲੀ ਨੂੰ ਵੀ ਤਾਂ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦਿਆਂ ਸ਼ਹੀਦ ਕੀਤਾ ਗਿਆ ਸੀ। ਉਹ ਵੀ ਤਾਂ ਸ਼ਹੀਦ ਨੇ। ਕਰਬਲਾ ਦੇ ਮੈਦਾਨ ਦੇ ਵਿੱਚ ਹਜ਼ਰਤ ਹੁਸੈਨ ਔਰ ਉਹਨਾਂ ਦੇ ਦੋ ਬੱਚਿਆਂ ਦੀ ਸ਼ਹਾਦਤ, ਅਲੀ ਅਲ ਅਸਗਰ ਔਰ ਅਲੀ ਅਲ ਅਕਬਰ, ਉਹ ਵੀ ਤਾਂ ਸ਼ਹੀਦ ਨੇ, ਜਿਨ੍ਹਾਂ ਦੇ ਬਾਰੇ ਸ਼ਾਇਰੇ ਮਸ਼ਕ ਡਾਕਟਰ ਮੁਹੰਮਦ ਇਕਬਾਲ ਨੂੰ ਇੱਕ ਗੱਲ ਕਹਿਣੀ ਪਈ ਕਿ ਇਹ ਬੜੀ ਵਿਲੱਖਣਤਾ ਹੈ ਕਿ ਇਸਲਾਮ ਕਰਬਲਾ ਦੇ ਮੈਦਾਨ ਦੇ ਵਿੱਚ ਜਿੰਦਾ ਹੁੰਦਾ ਹੈ। ਕਤਲੇ ਹੁਸੈਨ ਦਰਅਸਲ ਮਰਗ ਜਜੀਤ ਥਾ, ਇਸਲਾਮ ਜਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਦੂਸਰੀ ਅਹਿਮ ਗੱਲ ਕਿ ਈਸਾਈ ਮਤ ਦੇ ਵਿੱਚ ਜੀਸਸ ਕ੍ਰਾਈਸਟ ਦੀ ਕ੍ਰੂਸੀਫਿਕਸ਼ਨ ਸਲੀਬ ਤੇ ਚੜਾ ਕੇ ਅੰਤ ਕਰ ਦੇਣਾ, ਇਹ ਵੀ ਤਾਂ ਸ਼ਹਾਦਤ ਹੈ। ਹੋਰ ਜੇ ਅਸੀਂ ਸੂਫੀ ਮਤ ਦੇ ਵਿੱਚ ਆ ਜਾਈਏ ਤੇ ਮਨਸੂਰ ਨੂੰ ਸੂਲੀ ਤੇ ਚੜਾਉਣਾ, ਇਹ ਵੀ ਤਾਂ ਸ਼ਹਾਦਤ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਵਿਲੱਖਣਤਾ ਕੀ ਹੈ ਕਿ ਜਦੋਂ ਅਸੀਂ ਉਹਨਾਂ ਦੇ ਨਾਲ ਸ਼ਹੀਦ ਸ਼ਬਦ ਵਰਤਦੇ ਹਾਂ ਤੇ ਅਸੀਂ ਸ਼ਬਦ ਵਰਤਦੇ ਹਾਂ ਸ਼ਹੀਦਾਂ ਦੇ ਸਿਰਤਾਜ, ਕਿੰਗ ਆਫ ਮਾਰਟਰਸ, ਸ਼ਹੀਦਾਂ ਦੇ ਕੀ ਆਖਦੇ ਹਾਂ ਜੀ, ਸ਼ਹੀਦਾਂ ਦੇ ਸਿਰਤਾਜ। ਹੁਣ ਵਿਲੱਖਣਤਾ ਇਹ ਹੈ ਕਿ ਸ਼ਹੀਦ ਤਾਂ ਬਹੁਤ ਹੋਏ ਨੇ, ਬੜੇ ਖਿੱਤਿਆਂ 'ਚ ਹੋਏ ਨੇ, ਬੜੀਆਂ ਕੌਮੀਅਤਾਂ ਦੇ ਵਿੱਚ ਹੋਏ ਨੇ, ਪਰ ਇਹ ਕੈਸੀ ਖੇਡ ਹੈ ਕਿ ਸ਼ਹੀਦਾਂ ਦੇ ਵਿੱਚ ਵੀ ਕੋਈ ਸ਼ਹੀਦਾਂ ਦਾ ਰਾਜਾ ਹੋ ਸਕਦਾ? ਇਹ ਕਿਉਂ, ਇਹ ਤਖੱਲਸ ਸ਼ਹਾਦਤ ਦੇ ਨਾਲ ਕਿਵੇਂ ਆ ਗਿਆ? ਇਹ ਲਕਬ ਸ਼ਹਾਦਤ ਦੇ ਨਾਲ ਕਿਵੇਂ ਆ ਗਿਆ ਕਿ ਗੁਰੂ ਸਾਹਿਬ ਸ਼ਹੀਦਾਂ ਦੇ ਸਰਤਾਜ ਨੇ? ਪਹਿਲਾ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਸ਼ਹਾਦਤ ਦੇ ਬਾਰੇ। ਸ਼ਹੀਦ ਹੋਰ ਕੌਮੀਅਤਾਂ ਦੇ ਵਿੱਚ ਵੀ ਹੋਏ ਨੇ, ਸ਼ਹੀਦ ਹੋਰ ਖਿੱਤਿਆਂ ਦੇ ਵਿੱਚ ਹੋਏ ਨੇ, ਸ਼ਹੀਦ ਜੰਗਾਂ ਦੇ ਵਿੱਚ ਹੋਏ ਨੇ, ਯੁੱਧਾਂ ਦੇ ਵਿੱਚ ਹੋਏ ਨੇ, ਪਰ ਮਹਿਜ਼ ਇੱਕ ਸ਼ਹਾਦਤ ਐਸੀ ਹੈ ਜਿਸ ਦੇ ਬਾਰੇ ਅਸੀਂ ਸ਼ਬਦ ਵਰਤਦੇ ਹਾਂ ਸ਼ਹੀਦਾਂ ਦੇ ਸਿਰਤਾਜ। ਕਾਰਨ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਦੇ ਉਸ ਮਾਪਦੰਡ ਦੀ, ਉਸ ਪੈਰਾਮੀਟਰ ਦੀ ਨੀਂਹ ਰੱਖਦੇ ਨੇ ਜਿਸ ਦੇ ਬਾਰੇ ਫੈਜ਼ ਨੇ ਆਪਣੇ ਇੱਕ ਸ਼ੇਅਰ ਦੇ ਵਿੱਚ ਗੱਲ ਕੀਤੀ ਹੈ, ਜੇ ਜਾਨ ਤੋਂ ਆਨੀ ਜਾਨੀ ਹੈ, ਇਸ ਜਾਂਕੀ ਤੋਂ ਕੋਈ ਬਾਤ ਨਹੀਂ, ਜਿਸ ਦਾ ਜਿਵੇਂ ਕੋਈ ਮਕਤਲ ਮੇ ਗਿਆ ਵੋ ਸ਼ਾਨ ਸਲਾਮਤ ਰਹਿੰਦੀ ਹੈ। ਗੁਰਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰਨ ਜਾਇਆ ਗਿਆ, ਉਹ ਸ਼ਹਾਦਤ ਦੇਣ ਦੇ ਵਾਸਤੇ ਆਪ ਚੱਲ ਕੇ ਗਏ, ਪਹਿਲੀ ਗੱਲ। ਬਾਕੀ ਜਿੰਨੇ ਵੀ ਸ਼ਹੀਦ ਨੇ ਗ੍ਰਿਫਤਾਰ ਕੀਤਾ ਗਿਆ ਹੈ ਜ਼ਬਰੀ ਤੌਰ ਤੇ, ਜਾਂ ਮੈਦਾਨੇ ਜੰਗ ਦੇ ਵਿੱਚ ਫੜ ਕੇ ਕਤਲ ਕੀਤਾ ਗਿਆ ਹੈ। ਇੱਥੇ ਵਿਲੱਖਣਤਾ ਇਹ ਹੈ ਕਿ ਗੁਰੂ ਸਾਹਿਬ ਆਪ ਜਾ ਰਹੇ। ਦੂਸਰੀ ਗੱਲ, ਜਹਾਂਗੀਰ ਦੀ ਆਪਣੀ ਲਿਖੀ ਹੋਈ ਨਿੱਜੀ ਡਾਇਰੀ, ਜਿਸ ਨੂੰ ਤਾਰੀਖੇ ਜਹਾਂਗੀਰੀ ਵੀ ਕਿਹਾ ਜਾਂਦਾ ਹੈ ਔਰ ਤੁਜ਼ਕੇ ਜਹਾਂਗੀਰੀ ਵੀ ਕਿਹਾ ਜਾਂਦਾ ਹੈ,
ਜਿਸ ਦਾ ਅਸਲੀ ਖਰੜਾ ਇੱਕ ਤਾਂ ਆਰਕਾਈਵ ਡਿਪਾਰਟਮੈਂਟ ਹੈਦਰਾਬਾਦ ਦੇ ਵਿੱਚ ਪਿਆ ਹੈ ਅਤੇ ਇੱਕ ਖਰੜਾ ਜਿਹੜਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਪਿਆ। 1934 ਦੇ ਵਿੱਚ ਫਾਰਸੀ ਤੋਂ ਉਸਦਾ ਪਹਿਲਾ ਜਿਹੜਾ ਸੀ ਉਹ ਪ੍ਰਕਾਸ਼ਨ ਹੋਇਆ ਸੀ, ਨਵਲ ਕਿਸ਼ੋਰ ਪ੍ਰੈਸ ਬਠਿੰਡਾ ਨੇ ਕੀਤਾ ਸੀ। ਹੁਣ ਉਸਦਾ ਉਰਦੂ ਅਨੁਵਾਦ ਵੀ ਮਿਲਦਾ ਹੈ। ਹੁਣ ਉਹਦੇ ਜਹਾਂਗੀਰ ਆਪ ਜ਼ਿਕਰ ਕਰਦਾ ਹੈ ਕਿ ਗੁਰੂ ਅਰਜਨ ਦਾ ਕਤਲ, ਸਬ ਟਾਈਟਲ ਹੈ ਉਸ ਕਿਤਾਬ ਦੇ ਵਿੱਚ ਗੁਰੂ ਅਰਜਨ ਦਾ ਕਤਲ। ਹੁਣ ਉਸ ਕਤਲ ਦੇ ਹੁਕਮ ਨੂੰ ਵੇਖਣ ਦੀ ਗੱਲ ਹੈ। ਉਹ ਸ਼ਬਦ ਵਰਤਦਾ ਹੈ ਅਮਰ ਕਰਦਮ, ਅਮਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਹੁਤ ਵਾਰੀ ਆਇਆ, ਪਰ ਅਮਰ ਸ਼ਬਦ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਆਉਂਦਾ ਤੇ ਇਸ ਦਾ ਅਰਥ ਹੈ ਮੌਤ ਤੋਂ ਰਹਿਤ, ਅਮਰ ਪੀ ਅੰਮ੍ਰਿਤ ਅਗਾਨਿਆ ਗੁਰ ਅੰਮ੍ਰਿਤ ਰਾਇਆ, ਇੱਥੇ ਅਰਥ ਹੈ ਮੌਤ ਤੋਂ ਰਹਿਤ। ਪਰ ਜਦੋਂ ਅਮਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਫਾਰਸੀ ਤੋਂ ਆਵੇਗਾ ਤੇ ਉਸਦਾ ਅਰਥ ਹੈ ਹੁਕਮ। ਅਸੀਂ ਰੋਜ਼ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ, ਸੱਚੇ ਤੇਰੇ ਅਮਰ ਸੱਚੇ ਦੀਵਾਨ, ਤੇਰਾ ਦਰਬਾਰ ਵੀ ਸੱਚਾ ਹੈ, ਤੇਰਾ ਹੁਕਮ ਵੀ ਸੱਚਾ ਹੈ। ਇੱਥੇ ਅਮਰ ਸ਼ਬਦ ਫਾਰਸੀ ਭਾਸ਼ਾ 'ਚੋਂ ਆਇਆ ਹੈ। ਹੁਣ ਜਹਾਂਗੀਰ ਲਿਖਦਾ ਅਮਰ ਕਰਦਮ, ਮੈਂ ਹੁਕਮ ਕੀਤਾ ਕਿ ਜਾਂ ਉਸ ਦੁਕਾਨੇ ਬਾਤਲ ਚੜਾਉਣ ਵਾਲੇ ਨੂੰ, ਦੁਕਾਨੇ ਬਾਤਲ ਫਾਰਸੀ 'ਚ ਕਿਹਾ ਜਾਂਦਾ ਝੂਠ ਦੀ ਦੁਕਾਨ। ਇਹ ਸ਼ਬਦ ਸਿੱਖ ਧਰਮ ਦੀ ਵਿਚਾਰਧਾਰਾ ਦੇ ਬਾਰੇ ਵਰਤੇ ਗਏ ਨੇ। ਜਹਾਂਗੀਰ ਕਹਿੰਦਾ ਹੈ ਕਿ ਮੈਂ ਆਪਣੇ ਜਰਨੈਲ ਸ਼ੇਖ ਫਰੀਦ ਬੁਖਾਰੀ ਨੂੰ, ਜਿਸ ਨੂੰ ਮੁਰਤਜ਼ਾ ਖਾਨ ਦਾ ਲਕਬ ਮਿਲਿਆ ਹੋਇਆ ਸੀ, ਉਸ ਨੂੰ ਹੁਕਮ ਕੀਤਾ ਕਿ ਜਾਂ ਤਾਂ ਗੁਰੂ ਅਰਜਨ ਨੂੰ ਦੀਨੇ ਇਸਲਾਮ 'ਚ ਲੈ ਆਓ ਤੇ ਜਾਂ ਫਿਰ ਸਿਆਸਤ ਬਾਬਾ ਯਾਸਾ ਕਤਲ ਰਸਾਨੰਦ, ਜਾਂ ਗੁਰੂ ਅਰਜਨ ਨੂੰ ਸਿਆਸਤ ਬਾਬਾ ਜਾਸਾ ਦੀ ਦੰਡਾਵਲੀ ਦੇ ਅਧੀਨ ਕਤਲ ਕਰ ਦਿੱਤਾ ਜਾਵੇ। ਇਸਦਾ ਮਤਲਬ ਹੈ ਕਿ ਗੁਰੂ ਸਾਹਿਬ ਦੇ ਵਾਸਤੇ ਤਾਂ ਜ਼ਿੰਦਗੀ ਜਿਉਣ ਦਾ ਇੱਕ ਦਰਵਾਜ਼ਾ ਖੁੱਲ੍ਹਾ ਹੈ, ਬਿਲਕੁਲ ਜ਼ਿੰਦਗੀ ਬਚਾਈ ਜਾ ਸਕਦੀ ਹੈ ਜੇ ਗੁਰੂ ਸਾਹਿਬ ਆਪਣੇ ਅਕੀਦੇ ਨੂੰ ਛੱਡ ਕੇ ਦੀਨੇ ਆਫਰ ਹੈ, ਪੇਸ਼ਕਸ਼ ਹੈ, ਪਰ ਤੁਸੀਂ ਦੁਨੀਆਂ ਦੀਆਂ ਕੌਮੀਅਤਾਂ ਦੇ ਬਾਕੀ ਵੱਖ ਵੱਖ ਖਿੱਤਿਆਂ ਦੇ ਵਿੱਚ ਸ਼ਹੀਦ ਹੋਏ ਲੋਕਾਂ ਵੱਲ ਵੇਖੋ, ਉਹਨਾਂ ਦੇ ਕੋਲ ਤੇ ਆਫਰ ਹੀ ਕੋਈ ਨਹੀਂ ਸੀ, ਪੇਸ਼ਕਸ਼ ਹੀ ਕੋਈ ਨਹੀਂ ਸੀ, ਮੌਤ ਦਾ ਫਤਵਾ ਸੀ, ਕਤਲ ਦਾ ਫਤਵਾ ਸੀ, ਜ਼ਿੰਦਗੀ ਜਿਉਣ ਦਾ ਕੋਈ ਰਾਹ ਨਹੀਂ ਸੀ। ਇੱਥੇ ਗੁਰੂ ਸਾਹਿਬ ਜ਼ਿੰਦਗੀ ਜਿਉਣ ਦੇ ਦਰਵਾਜ਼ੇ ਨੂੰ ਨਕਾਰ ਕੇ ਮੌਤ ਦੇ ਦਰਵਾਜ਼ੇ ਨੂੰ ਪ੍ਰਵਾਨ ਕਰਦੇ ਨੇ, ਜਿਸ ਕਰਕੇ ਅਸੀਂ ਵਰਦੇ ਹਾਂ ਸ਼ਹੀਦਾਂ ਦੇ ਸਿਰਤਾਜ। ਆਪ ਜੀ ਸਮਝ ਗਏ ਹੋਵੋਗੇ ਕਿ ਗੁਰੂ ਸਾਹਿਬ ਸ਼ਹੀਦਾਂ ਦੇ ਸਰਤਾਜ ਕਿਉਂ ਨੇ। ਜ਼ਿੰਦਗੀ ਜਿਉਣ ਦਾ ਰਸਤਾ ਖੁੱਲ੍ਹਾ ਹੈ, ਉਸ ਰਸਤੇ ਵਿੱਚ ਛੱਡ ਕੇ ਮੌਤ ਨੂੰ ਪ੍ਰਵਾਨ ਕਰਦੇ ਨੇ ਤੇ ਮੌਤ ਨੂੰ ਪ੍ਰਵਾਨ ਕਰਨ ਦੇ ਵਾਸਤੇ ਮਕਤਲ ਦੇ ਵਿੱਚ ਜਿਸ ਜਗ੍ਹਾ ਤੇ ਸ਼ਹੀਦ ਕੀਤਾ ਜਾਣਾ ਉੱਥੇ ਆਪ ਚੱਲ ਕੇ ਜਾਂਦੇ ਨੇ। ਹੁਣ ਇਹ ਤਾਂ ਇੱਕ ਰੂਹਾਨੀ ਮੰਡਲ ਹੈ ਸ਼ਹਾਦਤ ਦਾ, ਪੂਰਾ ਰੂਹਾਨੀ ਮੰਡਲ। ਮੈਂ ਜਾਂ ਤੁਸੀਂ ਉਸ ਰੂਹਾਨੀ ਮੰਡਲ ਨੂੰ ਆਪਣੇ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਾਂਗੇ ਕਿ ਗੁਰੂ ਸਾਹਿਬ ਦੀ ਉਸ ਵੇਲੇ ਅਵਸਥਾ ਕੈਸੀ ਹੈ ਮਾਨਸਿਕ ਤੌਰ 'ਤੇ, ਗੁਰੂ ਸਾਹਿਬ ਕਿੰਨੇ ਉੱਚੇ ਰੂਹਾਨੀ ਉਸ ਦੇ ਵਿੱਚ ਨੇ। ਉਹਦੇ ਵਾਸਤੇ ਸਾਨੂੰ ਉਸ ਵੇਲੇ ਦੇ ਸਮਕਾਲੀ ਲਿਖਾਰੀ ਸਿੱਖ ਫਿਲਾਸਫਰ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਨੂੰ ਵਾਚਣਾ ਪਵੇਗਾ। ਉਹਦੇ ਤੋਂ ਵੱਡੀ ਗਵਾਹੀ ਤਾਂ ਸਾਡੇ ਕੋਲ ਕੋਈ ਨਹੀਂ ਹੋ ਸਕਦੀ। ਆਪਣੀ ਵਾਰ ਦੇ ਵਿੱਚ
ਉਹ ਸਥਾਈ ਰੂਪ ਦੇ ਵਿੱਚ ਜਿਹੜਾ ਅੰਤਿਮ ਸ਼ਬਦ ਵਰਤਦੇ ਨੇ ਉਹ ਹੈ ਗੁਰ ਅਰਜਨ ਵਿਟਹੋ ਕੁਰਬਾਨੀ, ਕਿ ਮੈਂ ਗੁਰੂ ਅਰਜਨ ਸਾਹਿਬ ਦੀ ਸਾਰੀ ਘਾਲਣਾ ਤੋਂ ਕੁਰਬਾਨ ਜਾਂਦਾ ਹਾਂ। ਹੁਣ ਭਾਈ ਸਾਹਿਬ, ਭਾਈ ਗੁਰਦਾਸ, ਜਦੋਂ ਗੁਰੂ ਸਾਹਿਬ ਦੇ ਉੱਪਰ ਤਸ਼ੱਦਦ ਹੋ ਰਿਹਾ ਹੈ, ਤਸੀਹੇ ਦਿੱਤੇ ਜਾ ਰਹੇ ਨੇ, ਉਹਨਾਂ ਦੀ ਮਾਨਸਿਕਤਾ ਕਿਸ ਰੂਹਾਨੀ ਮੰਡਲ ਦੇ ਵਿੱਚ ਹੈ, ਉਹਨਾਂ ਦੀ ਮਾਨਸਿਕਤਾ ਕਿਸ ਰੂਹਾਨੀ ਸਫ਼ਰ ਦੇ ਵਿੱਚ ਹੈ, ਜਿਸ ਨੂੰ ਉਹ ਕਹਿ ਰਹੇ ਨੇ ਕਿ ਮਾਈ ਮੇਰੇ ਮਨ ਕੋ ਸੁਖ। ਬਸ ਉਹ ਜਿਹੜੀ ਮਾਨਸਿਕ ਅਡੋਲਤਾ ਹੈ ਉਹ ਭਾਈ ਸਾਹਿਬ ਭਾਈ ਗੁਰਦਾਸ ਦੱਸਦੇ ਨੇ। ਉਹ ਕਹਿੰਦੇ ਰਹਿੰਦੇ ਗੁਰ ਦਰਿਆਓ ਵਿੱਚ, ਪਾਣੀ ਦੇ ਵਿੱਚ, ਗਰਮ ਪਾਣੀ ਦੇ ਵਿੱਚ ਗੁਰਦੇਵ ਪਾਤਸ਼ਾਹ ਨੂੰ ਉਬਾਲਿਆ ਜਾ ਰਿਹਾ ਹੈ, ਪਰ ਸਹਿਜ ਅਵਸਥਾ ਪਤਾ ਕਿਵੇਂ ਦੀ ਹੈ? ਮੀਨ ਕੁਲੀਨ ਹੇਤ ਨਿਰਬਾਣੀ। ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਆਨੰਦ ਚਿੱਤ ਹੁੰਦੀ ਹੈ, ਗੁਰਦੇਵ ਪਾਤਸ਼ਾਹ ਪਾਣੀ ਦੇ ਵਿੱਚ ਉਬਾਲੇ ਜਾ ਰਹੇ ਨੇ, ਫਿਰ ਵੀ ਆਨੰਦ ਚਿੱਤ ਨੇ। ਫਿਰ ਵੀ ਮੁਖਾਰਬਿੰਦ ਚੋਂ ਇਹ ਗੱਲ ਨਿਕਲ ਰਹੀ ਹੈ, ਤੇਰਾ ਕੀ ਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਗੇ। ਫਿਰ ਕਹਿੰਦੇ ਕਿ ਗੁਰੂ ਸਾਹਿਬ ਜਲਾਇਆ ਜਾ ਰਿਹਾ ਹੈ ਤੱਤੀ ਤਵੀ ਦੇ ਉੱਪਰ ਬਿਠਾ ਕੇ, ਪਰ ਰੂਹਾਨੀਅਤ ਦੀ ਅਵਸਥਾ ਕੈਸੀ ਹੈ? ਕਹਿੰਦੇ ਦਰਸ਼ਨ ਦੇਖ ਪਤੰਗ ਜਿਉਂ। ਇਸ ਚੀਜ਼ ਨੂੰ ਸਮਝਿਓ, ਸ਼ਮਾ ਜਲਦੀ ਹੈ, ਤੁਸੀਂ ਮੋਮਬੱਤੀ ਜਗਾਉਂਦੇ ਹੋ, ਪਰਵਾਨੇ ਨੂੰ ਤੁਸੀਂ ਫੜ ਕੇ ਥੋੜ੍ਹੀ ਲੈ ਕੇ ਆਉਂਦੇ ਹੋ ਕਿ ਆ ਸੜ ਜਾ। ਪਰਵਾਨਾ ਆਪਣੇ ਆਪ ਆਉਂਦਾ ਹੈ, ਪਤੰਗਾ ਆਪਣੇ ਆਪ ਆਉਂਦਾ ਹੈ। ਕਹਿੰਦਾ ਲੋਹ ਤੇ ਗਰਮ ਹੈ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਤੇ ਗੁਰਦੇਵ ਪਾਤਸ਼ਾਹ ਉਹਦੇ ਉੱਪਰ ਇਸ ਤਰ੍ਹਾਂ ਪੈਰ ਧਰ ਰਹੇ ਨੇ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਜਿਸ ਤਰ੍ਹਾਂ ਇੱਕ ਪਰਵਾਨਾ ਸ਼ਮਾ ਦੇ ਵੱਲ ਜਾ ਰਿਹਾ ਹੈ, ਗੁਰਦੇਵ ਪਾਤਸ਼ਾਹ ਉਸ ਤਰ੍ਹਾਂ ਜਾ ਰਹੇ ਨੇ, ਉਸ ਆਨੰਦ ਦੇ ਵਿੱਚ ਜਾ ਰਹੇ ਨੇ, ਉਸ ਸਹਿਜ ਦੇ ਵਿੱਚ ਜਾ ਰਹੇ ਨੇ। ਅਗਲੀ ਗੱਲ, ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਆਣੀ। ਹਿਰਨ ਦਾ ਸ਼ਿਕਾਰ ਦੋ ਕੰਮਾਂ ਵਾਸਤੇ ਕੀਤਾ ਜਾਂਦਾ ਹੈ, ਜਾਂ ਮਾਸ ਦੇ ਵਾਸਤੇ ਤੇ ਜਾਂ ਕਸਤੂਰੀ ਨੂੰ ਕੱਢਣ ਦੇ ਵਾਸਤੇ। ਜਿਹੜਾ ਸ਼ਿਕਾਰ ਮਾਸ ਦੇ ਵਾਸਤੇ ਕੀਤਾ ਜਾਂਦਾ ਹੈ, ਉਸ ਦੇ ਵਿੱਚ ਹਿਰਨ ਨੂੰ ਮਾਰਿਆ ਜਾਂਦਾ ਹੈ। ਜਿਹੜਾ ਸ਼ਿਕਾਰ ਮ੍ਰਿਗ ਦਾ ਕਸਤੂਰੀ ਦੇ ਵਾਸਤੇ ਕੀਤਾ ਜਾਂਦਾ ਹੈ, ਉੱਥੇ ਉਸਨੂੰ ਜਿੰਦਾ ਫੜ ਕੇ ਕਸਤੂਰੀ ਕੱਢੀ ਜਾਂਦੀ ਹੈ। ਪਰ ਕਸਤੂਰੀ ਕੱਢਣ ਦੇ ਵਾਸਤੇ ਜਿਹੜਾ ਸ਼ਿਕਾਰੀ ਹੁੰਦਾ ਹੈ, ਇੱਕ ਖਾਸ ਤਰ੍ਹਾਂ ਦੀਆਂ ਘੰਟੀਆਂ ਦਾ ਰਾਗ ਵਜਾਉਂਦਾ ਹੈ, ਜਿਸ ਨੂੰ ਕੰਡੇ ਹੇੜੇ ਦਾ ਰਾਗ ਕਿਹਾ ਜਾਂਦਾ ਹੈ। ਉਸ ਰਾਗ ਦੀ ਮਧੁਰਤਾ, ਉਸ ਰਾਗ ਦਾ ਆਨੰਦ ਉਸ ਮ੍ਰਿਗ ਨੂੰ ਇੰਨਾ ਆਨੰਦਿਤ ਕਰਦਾ ਹੈ ਕਿ ਉਹ ਮ੍ਰਿਗ ਆਪਣੇ ਆਪ ਹੀ ਸ਼ਿਕਾਰੀ ਵੱਲ ਤੁਰ ਕੇ ਆ ਕੇ ਬੈਠ ਜਾਂਦਾ ਹੈ, ਉਹਨੂੰ ਕੋਈ ਫੜ ਕੇ ਨਹੀਂ ਲੈ ਕੇ ਆਉਂਦਾ। ਜਦੋਂ ਉਹਦੇ ਕੰਨ ਉਸ ਰਾਗ ਨੂੰ ਸੁਣਦੇ ਨੇ, ਮ੍ਰਿਗ ਆਪਣੇ ਆਪ ਸ਼ਿਕਾਰੀ ਵੱਲ ਆ ਜਾਂਦਾ ਹੈ। ਇਸੇ ਤਰ੍ਹਾਂ ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਜਾਣੀ। ਗੁਰੂ ਸਾਹਿਬ ਸ਼ਹਾਦਤ ਦੇਣ ਦੇ ਵਾਸਤੇ ਉਸ ਸਹਿਜ ਅਵਸਥਾ ਦੇ ਵਿੱਚ ਆ ਰਹੇ ਨੇ, ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਸਮੋ ਕੇ, ਜਿਸ ਤਰ੍ਹਾਂ ਮਿਰਗ ਰਾਗ ਦੇ ਵੱਲ ਜਾ ਰਿਹਾ। ਦੇਗ ਦੇ ਵਿੱਚ ਫਿਰ ਉਬਾਲਿਆ ਗਿਆ, ਤੱਤੀ ਰੇਤ ਪਾਈ ਗਈ, ਤਵੀ ਤੱਤੀ ਹੈ, ਦੇਗ ਨੂੰ ਉੱਪਰੋਂ ਬੰਦ ਕੀਤਾ ਗਿਆ। ਹੁਣ ਫਿਰ ਅਵਸਥਾ ਕੈਸੀ ਹੋਵੇਗੀ? ਚਰਨ ਕਮਲ ਮਿਲ ਭੰਵਰ ਜਿਉ, ਸੁਖ ਸੰਪਟ ਸੰਗ ਰਹਿਣ ਮਿਹਾਣੀ। ਕਮਲ ਦਾ ਫੁੱਲ ਖੁੱਲਾ ਹੁੰਦਾ ਹੈ,
ਭੰਵਰਾ ਆ ਕੇ ਆਪਣੇ ਆਪ ਉਸ ਦੇ ਵਿੱਚ ਬੈਠਦਾ ਹੈ। ਸੂਰਜ ਅਸਤ ਹੁੰਦਾ ਹੈ, ਕਮਲ ਦੇ ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਭੰਵਰਾ ਅੰਦਰ ਹੀ ਖਤਮ ਹੋ ਜਾਂਦਾ ਹੈ। ਹੁਣ ਭੰਵਰੇ ਨੂੰ ਪਤਾ ਹੈ ਮੈਂ ਫੁੱਲ ਦੇ ਅੰਦਰ ਖਤਮ ਹੋ ਜਾਣਾ, ਪਰ ਫਿਰ ਵੀ ਖੁੱਲ੍ਹੇ ਫੁੱਲ ਦੇ ਵਿੱਚ ਬੜੇ ਸਹਿਜ ਦੇ ਨਾਲ ਆ ਕੇ ਬੈਠਦਾ ਹੈ। ਫੁੱਲ ਬੰਦ ਹੋ ਜਾਂਦਾ ਹੈ, ਪ੍ਰਾਣ ਚਲੇ ਜਾਂਦੇ ਨੇ, ਪਰ ਜਿਹੜੇ ਉਹਦੇ ਪ੍ਰਾਣ ਜਾਂਦੇ ਨੇ ਨਾ, ਉਹ ਸੁੱਖ ਸੰਪਤ ਸੰਗ ਰਹਿਣ ਵਿਹਾਣੀ ਕਿ ਭੰਵਰਾ ਵੀ ਖੁਸ਼ ਹੈ ਕਿ ਮੇਰਾ ਮਿਲਾਪ ਤੇ ਫੁੱਲ ਦੇ ਨਾਲ ਹੋਇਆ ਹੈ ਨਾ। ਬਿਲਕੁਲ ਇਹੀ ਤਸ਼ਬੀਹ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਬਾਰੇ ਦਿੰਦੇ ਨੇ ਕਿ ਗੁਰੂ ਸਾਹਿਬ ਵੀ ਉਸ ਦੇਗ ਦੇ ਵਿੱਚ ਇਸ ਤਰ੍ਹਾਂ ਬੈਠੇ ਨੇ ਜਿਸ ਤਰ੍ਹਾਂ ਭੰਵਰਾ ਕਮਲ ਦੇ ਫੁੱਲ ਦੇ ਵਿੱਚ ਬੈਠਾ ਹੈ। ਤੇ ਇਹ ਸਾਰੀਆਂ ਤਸ਼ਬੀਹਾਂ ਦੇਣ ਤੋਂ ਬਾਅਦ, ਇਹ ਸਾਰੀਆਂ ਐਗਜ਼ੈਂਪਲ ਸਾਡੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਗੁਰ ਅਰਜਨ ਵਿਟਹੋ ਕੁਰਬਾਣੀ। ਹੁਣ ਕੋਈ ਹੋਰ ਸ਼ਬਦ ਨਹੀਂ ਰਹਿ ਗਿਆ ਕਿ ਇਸ ਸ਼ਹਾਦਤ ਦੇ ਸਹਿਜ ਨੂੰ ਬਿਆਨ ਕੀਤਾ ਜਾ ਸਕੇ। ਹੁਣ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਸ਼ਹਾਦਤ ਦੇ ਵਰਤਾਰੇ ਤੋਂ ਮੈਂ ਕੁਰਬਾਨ ਜਾਂਦਾ। ਪਰ ਸਮੱਸਿਆ ਕਿੱਥੇ ਹੈ? ਕੀ ਅਸੀਂ ਇੰਨੀਆਂ ਸਦੀਆਂ ਦੇ ਵਿੱਚ ਇਸ ਸ਼ਹਾਦਤ ਦੇ ਵਰਤਾਰੇ ਦੇ ਕਾਰਨਾਂ ਨੂੰ ਸਮਝ ਸਕੇ? ਨਹੀਂ ਸਮਝ ਸਕੇ। ਕੁਝ ਲੋਕਾਂ ਨੇ ਜਦੋਂ ਸੰਪਰਦਾਇਕ ਪ੍ਰਣਾਲੀਆਂ ਦੇ ਵਿੱਚੋਂ ਇਸ ਦੀ ਵਿਆਖਿਆ ਕੀਤੀ ਤੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਪਿਰਥੀ ਚੰਦ ਦਾ ਦੋਸ਼ ਹੈ। ਵੇਖੋ, ਇੱਕ ਕਾਰਨ ਹੁੰਦੇ ਨੇ, ਇੱਕ ਸਹਿਕਾਰਨ ਹੁੰਦੇ ਨੇ, ਇੱਕ ਐਗਜ਼ੀਕਿਊਟਰ ਹੁੰਦੇ ਨੇ, ਇੱਕ ਐਕਟੀਵੇਟਰ ਹੁੰਦੇ ਨੇ। ਕੁਝ ਲੋਕ ਆਪ ਕੁਝ ਨਹੀਂ ਕਰ ਸਕਦੇ, ਚੁਗਲੀ ਕਰਦੇ ਨੇ। ਉਹ ਆਪ ਕੁਛ ਨਹੀਂ ਕਰ ਸਕਦੇ, ਉਹਨਾਂ ਦਾ ਇੱਕ ਚੁਗਲੀ ਕਰਨ ਦਾ ਮਿਆਰ ਹੁੰਦਾ ਹੈ ਕਿ ਮੈਂ ਗੁਰਤਾ ਜੀ ਦਾ ਵਾਰਸ ਬਣਾ, ਪਰ ਉਹਦਾ ਇੰਨਾ ਉੱਚਾ ਮਿਆਰ ਨਹੀਂ ਕਿ ਉਹ ਬਾਦਸ਼ਾਹ ਜਹਾਂਗੀਰ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੀ ਸ਼ਿਕਾਇਤ ਕਰ ਸਕੇ। ਉਹਦੀ ਸ਼ਿਕਾਇਤ ਦਾ ਪੱਧਰ ਹੈ ਲੋਕਲ ਫੌਜਦਾਰਾਂ ਤੱਕ। ਉਹ ਕਦੀ ਸੁਲਹੀ ਖਾਨ ਨੂੰ ਜਾ ਕੇ ਕਹਿੰਦਾ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਬਗਾਵਤ ਪੈਦਾ ਕਰ ਰਹੀ ਹੈ, ਗੁਰੂ ਸਾਹਿਬ ਨੇ ਮੇਰੇ ਹੱਕ ਦੇ ਉੱਪਰ ਕਬਜ਼ਾ ਕਰ ਲਿਆ। ਤੇ ਕਦੀ ਉਹ ਸੁਲਹੀ ਖਾਨ ਨੂੰ ਕਹਿੰਦਾ। ਪਾਵਨ ਗੁਰਬਾਣੀ ਵਿੱਚ ਇਹਨਾਂ ਦੋਹਾਂ ਹੀ ਫੌਜਦਾਰਾਂ ਦੇ ਨਾਮ ਪੰਜਾਬ ਪਾਤਸ਼ਾਹ ਨੇ ਆਪ ਪ੍ਰਗਟ ਕੀਤੇ ਨੇ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਖਾਨ ਵੀ ਚੜ੍ਹ ਕੇ ਆਉਂਦਾ ਹੈ ਗੁਰੂ ਸਾਹਿਬ ਦੇ ਉੱਪਰ। ਸੁਲਹੀ ਖਾਨ ਦੇ ਨਾਲ ਮਾਰਿਆ ਜਾਂਦਾ ਹੈ, ਇੱਕ ਦਾ ਘੋੜਾ ਸੀਖ ਪਾਊ ਹੋ ਜਾਂਦਾ ਹੈ, ਅਨਕੰਟਰੋਲ ਹੋ ਜਾਂਦਾ ਹੈ, ਤੇ ਤਪਦੇ ਭੱਠੇ ਦੇ ਵਿੱਚ ਡਿੱਗ ਜਾਂਦਾ, ਉਹ ਵੀ ਮਾਰਿਆ ਜਾਂਦਾ ਹੈ। ਫਿਰ ਦੀ ਭੂਮਿਕਾ ਕੇਵਲ ਇੰਨੀ ਕੁ ਹੈ ਕਿ ਉਹ ਇੱਕ ਜੁਗਲਖੋਰ ਹੈ। ਇਸ ਤੋਂ ਬਾਅਦ ਸਰਕਾਰ ਦਰਬਾਰ ਦਾ ਬਹੁਤ ਜ਼ਿਆਦਾ ਇਵੇਂ ਦਾ ਕਹਿ ਸਕਦੇ ਹੋ ਕਿ ਪ੍ਰਭਾਵ ਨਹੀਂ ਹੈ ਕਿ ਉਹ ਗੁਰੂ ਸਾਹਿਬ ਵਰਗੀ ਸ਼ਖਸੀਅਤ ਨੂੰ ਸ਼ਹੀਦ ਕਰਵਾ ਸਕੇ। ਦੂਸਰੀ ਗੱਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸੰਪਾਦਨਾ ਕਿਉਂ ਲੋੜ ਪਈ? ਤੇ ਜੇ ਗੁਰੂ ਸਾਹਿਬ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੰਪਾਦਿਤ ਕੀਤਾ ਤੇ ਕੀ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨ ਕਰਨ ਦੀ ਜਿਹੜੀ ਵਿੱਧ ਹੈ ਉਹਨੂੰ ਸਮਝ ਕੇ ਉਸ ਗੱਲ ਦੇ ਉੱਪਰ ਅਸੀਂ ਅਮਲ ਕੀਤਾ? ਦਰਅਸਲ ਪਿਰਥੀ ਚੰਦ ਦੇ ਸਮੇਂ ਹੀ ਉਸ ਸਮੇਂ ਕੁਝ ਲੋਕਾਂ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਲਾ ਕੇ ਆਪਣੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਤੇ ਕੁਝ ਸਿੱਖਾਂ ਨੇ, ਜਿਨ੍ਹਾਂ ਦੇ ਵਿੱਚ ਭਾਈ ਜੇਠਾ ਜੀ ਸੀ, ਭਾਈ ਮੋਖਾ ਜੀ ਸੀ, ਇਹਨਾਂ ਨੇ ਆ ਕੇ ਪੰਚਮ ਪਾਤਸ਼ਾਹ ਨੂੰ ਇੱਕ ਬੇਨਤੀ ਕੀਤੀ ਹੈ। ਬੇਨਤੀ ਕੀ ਹੈ
ਪਾਤਸ਼ਾਹ, ਜਿਹੜੇ ਸਿੱਖ ਰੋਜ਼ ਤੁਹਾਡੇ ਚਰਨਾਂ ਦੇ ਵਿੱਚ ਜੋੜ ਕੇ ਬੈਠਦੇ ਨੇ, ਜਿਹੜੇ ਰੋਜ਼ ਤੁਹਾਡੇ ਪ੍ਰਵਚਨਾਂ ਨੂੰ ਸਰਵਣ ਕਰਦੇ ਨੇ, ਉਹਨਾਂ ਸਿੱਖਾਂ ਨੂੰ ਤਾਂ ਪਤਾ ਹੈ ਕਿ ਅਸਲੀ ਗੁਰੂ ਨਾਨਕ ਸਾਹਿਬ ਦੀ ਬਾਣੀ ਕਿਹੜੀ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ ਬਣਾਈ ਜਾ ਰਹੀ ਨਕਲੀ ਬਾਣੀ ਕਿਹੜੀ ਹੈ। ਅਸੀਂ ਰੋਜ਼ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸੱਚੀ ਬਾਣੀ ਸ਼ਬਦ ਹੀ ਇਸ ਕਰਕੇ ਆਇਆ ਕਿ ਕਿਤੇ ਨਾ ਕਿਤੇ ਕੋਈ ਬਾਣੀ ਕੱਚੀ ਵੀ ਹੋਵੇਗੀ, ਅਤੇ ਕੱਚੀ ਕਿਹੜੀ ਹੈ? ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਜਿਹੜੀ ਬਾਣੀ ਗੁਰੂ ਦੀ ਛਾਪ ਦੇ ਉੱਪਰ ਹੈ, ਗੁਰੂ ਦੀ ਮੋਹਰ ਦੇ ਉੱਪਰ ਹੈ, ਉਹ ਕੱਚੀ ਹੈ। ਅਸਲ ਬਾਣੀ ਤਾਂ ਉਹੀ ਹੈ ਨਾ ਜਿਸ ਦੇ ਬਾਰੇ ਗੁਰਦੇਵ ਪਾਤਸ਼ਾਹ ਨੇ ਫਰਮਾ ਦਿੱਤਾ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਖਸਮ ਕੀ ਬਾਣੀ ਕਹਿ ਦਿੱਤਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਖਿਆਲ ਕਰੋ, ਜਦੋਂ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਛਾਪ ਲੱਗ ਕੇ ਸ਼ਬਦ ਆ ਜਾਵੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ, ਪਰ ਉਹ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਵੇ ਨਾ, ਤੇ ਉਹ ਸੱਚੀ ਬਾਣੀ ਤੇ ਨਾ ਹੋਈ ਨਾ। ਪਰ ਅਜੇ ਵੀ ਸਾਡੀ ਮਾਨਸਿਕਤਾ ਵਿੱਚ ਬੜੇ ਸ਼ਬਦ ਜੇ, ਨਾਮ ਖੁਮਾਰੀ ਨਾਨਕਾ ਚੜੀ ਰਹੇ, ਸਾਰਿਆਂ ਨੂੰ ਪਤਾ ਨਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਹੈ, ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ ਨਕਲੀ ਉਚਾਰਿਆ ਗਿਆ। ਹਰ ਜਗ੍ਹਾ ਦੇ ਉੱਪਰ ਲਿਖਿਆ ਹੁੰਦਾ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ। ਇਹ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਹੀਂ ਹੈ, ਉਹ ਸਮੇਂ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਉਚਾਰਿਆ ਗਿਆ। ਇੱਕ ਅਸੀਂ ਆਪਣੇ ਕੋਲੋਂ ਹੀ ਬਣਾ ਲਿਆ, ਨਾਨਕ ਦੁਖੀਆ ਸਭ ਸੰਸਾਰ, ਇਹ ਤਾਂ ਹੈ ਇੱਕ ਲਾਈਨ ਅਸੀਂ ਆਪੇ ਜੋੜ ਦੀ, ਸੋ ਸੁਖੀਆ ਜਿਸ ਨਾਮ ਆਧਾਰ, ਇਹ ਗੁਰੂ ਗ੍ਰੰਥ ਸਾਹਿਬ ਚ ਹੈ ਨਹੀਂ। ਅਸੀਂ ਆਪਣੇ ਕੋਲੋਂ ਹੀ ਇੱਕ ਸ਼ਬਦ ਬਣਾ ਲਿਆ, ਏਕੋ ਸਿਵਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ, ਇਹ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ। ਹੁਣ ਖਿਆਲ ਕਰਿਓ, ਜੇ ਪੰਜ ਸਦੀਆਂ ਚਾਰ ਸਦੀਆਂ ਦੇ ਵਿੱਚ ਅਸੀਂ ਨਹੀਂ ਸਮਝ ਸਕੇ ਕਿ ਇਹ ਜਿਹੜੀਆਂ ਬਾਣੀਆਂ ਗੁਰੂ ਨਾਨਕ ਸਾਹਿਬ ਦਾ ਨਾਮ ਲਾ ਕੇ ਅਸੀਂ ਪੜ੍ਹ ਰਹੇ ਹਾਂ ਇਹ ਕੱਚੀਆਂ ਬਾਣੀਆਂ, ਤੇ ਉਸ ਵੇਲੇ ਜਿਹੜੇ ਸਿੱਖ ਨੇ ਉਦੋਂ ਤਾਂ ਇੰਨਾ ਮੀਡੀਆ ਵੀ ਨਹੀਂ, ਹੁਣ ਤਾਂ ਸਾਡੇ ਸਾਰਿਆਂ ਦੇ ਕੋਲ ਗੈਜ਼ਟਸ ਨੇ, ਮੋਬਾਈਲ ਨੇ, ਹੁਣ ਤਾਂ ਝੱਟ ਲੱਭਿਆ ਜਾ ਸਕਦਾ, ਮਾਨਸਿਕਤਾ ਲੱਭਣ ਵਾਲੀ ਹੋਵੇ ਸਹੀ, ਲੱਭਿਆ ਜਾ ਸਕਦਾ ਕਿ ਕਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ ਤੇ ਕਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ। ਸੋ ਸਿੱਖਾਂ ਨੇ ਇਸ ਸਮੱਸਿਆ ਨੂੰ ਗੁਰੂ ਸਾਹਿਬ ਦੇ ਅੱਗੇ ਪੇਸ਼ ਕੀਤਾ, ਤੇ ਮੇਰੇ ਗੁਰਦੇਵ ਪਾਤਸ਼ਾਹ ਦਾ ਫਰਮਾਨ ਬੜਾ ਪਿਆਰਾ ਹੈ, ਏਕ ਦਿਵਸ ਪ੍ਰਭ ਪ੍ਰਾਤਹ ਕਾਲ ਦਇਆ ਭਏ ਪ੍ਰਭ ਦੀਨ ਦਿਆਲ, ਚਿੱਤ ਉਪਜੀ ਪ੍ਰਗਟੋ ਤਹਿ ਪੰਥ ਤਹਿ ਕਾਰਨ ਕੀਚੇ ਅਬ ਗ੍ਰੰਥ। ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਇਸ ਰੂਪ ਦੇ ਵਿੱਚ ਕਰਾਂਗਾ ਕਿ ਇਹਦੇ ਵਿੱਚ ਇੱਕ ਅੱਖਰ ਵੀ ਵੱਧ ਨਹੀਂ ਪਾਇਆ ਜਾ ਸਕਦਾ, ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਹਿਜ ਦੇ ਵਿੱਚ ਸਹਿਜ ਪਾਠ ਕਰਨ ਦਾ ਤੁਹਾਨੂੰ ਮੌਕਾ ਮਿਲੇ, ਤੇ ਹਰ ਸ਼ਬਦ ਤੋਂ ਬਾਅਦ, ਹਰ ਰਚਨਾ ਤੋਂ ਬਾਅਦ ਜਿਹੜਾ ਅੰਕਾਂ ਦੀ ਗਿਣਤੀ ਹੈ, ਜਿਹੜੀ ਸ਼ਬਦਾਂ ਦੀ ਗਿਣਤੀ ਹੈ, ਜਿਸ ਤਾਲ ਦੀ ਗੱਲ ਕੀਤੀ ਗਈ ਹੈ, ਕਿਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਜੇ ਕਿਤੇ ਸਾਨੂੰ ਉਸ ਦਾ ਗਿਆਨ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਮਾਤਰ ਦਾ ਵੀ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਇੰਨੀ ਪਿਆਰੀ ਸੰਪਾਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰੂ ਸਾਹਿਬ ਨੇ ਕੀਤੀ। ਜਦੋਂ ਸੰਪਾਦਨਾ ਕੀਤੀ ਜਾ ਰਹੀ ਹੈ ਤੇ ਕੁਝ ਲੋਕਾਂ ਦੇ ਮਨ ਦੇ ਵਿੱਚ ਆਇਆ ਕਿ ਸ਼ਾਇਦ ਕਵੀਆਂ ਦੀਆਂ ਰਚਨਾਵਾਂ ਲਈਆਂ ਜਾ ਰਹੀਆਂ ਨੇ,
ਇਹ ਕੋਈ ਆਮ ਰਚਨਾ ਹੈ, ਕੋਈ ਆਮ ਗ੍ਰੰਥ ਹੈ, ਜਿਹੜੇ ਸਮਝ ਹੀ ਨਾ ਸਕੇ ਕਿ ਇਹ ਤਾਂ ਰੂਹਾਨੀ ਬਾਣੀ ਦਾ ਇੱਕ ਰਹਿਨੁਮਾ ਜਿਹੜਾ ਉਸਨੂੰ ਸੰਪਾਦਨ ਕੀਤਾ ਜਾ ਰਿਹਾ। ਇਹਦੇ 'ਚ ਮਨੁੱਖ ਦੀਆਂ ਰਚਨਾਵਾਂ ਨਹੀਂ ਹੈ, ਇਹਦੇ 'ਚ ਉਹ ਰਚਨਾਵਾਂ ਨੇ ਜਿਹੜੀਆਂ ਖਸਮ ਕੀ ਬਾਣੀ ਕਹਿ ਕੇ ਸਤਿਕਾਰੀਆਂ ਗਈਆਂ ਨੇ। ਉਹਨਾਂ ਦੇ ਵਿੱਚ ਚਾਰ ਕਵੀ ਸੀ, ਕਾਨਾ, ਪੀਲੂ, ਛੱਜੂ ਔਰ ਹਸਨ। ਇਹ ਚੌਵੇਂ ਜਾਣੇ ਗੁਰੂ ਦਰਬਾਰ ਦੇ ਵਿੱਚ ਆਏ ਤੇ ਆ ਕੇ ਕਹਿੰਦੇ ਨੇ ਸਾਨੂੰ ਪਤਾ ਲੱਗਾ ਕਿ ਤੁਸੀਂ ਇੱਕ ਗ੍ਰੰਥ ਦੀ ਰਚਨਾ ਕਰ ਰਹੇ ਹੋ, ਸਾਡੀਆਂ ਬਾਣੀਆਂ ਵੀ ਵਿੱਚ ਪਾ ਲਓ। ਪਾਤਸ਼ਾਹ ਨੇ ਕਿਹਾ ਸੁਣਾ ਦਿਓ। ਚੌਹਾਂ ਨੇ ਆਪਣੀਆਂ ਬਾਣੀਆਂ ਸੁਣਾਈਆਂ ਔਰ ਚੌਹਾਂ ਦੀਆਂ ਜਿਹੜੀਆਂ ਬਾਣੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਮੇਲ ਹੀ ਨਹੀਂ ਸੀ ਖਾਂਦੀਆਂ, ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਬਿਲਕੁਲ ਖਿਲਾਫ ਸਨ। ਮੈਂ ਤੁਹਾਨੂੰ ਇੱਕ ਉਦਾਹਰਣ ਦੇਵਾਂ, ਕਬੀਰ ਜੀ ਨੇ ਜਿੰਨੀ ਵੀ ਬਾਣੀ ਉਚਾਰੀ ਹੈ ਭਗਤ ਕਬੀਰ ਜੀ ਨੇ, ਉਹ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ ਹੈ। ਕਬੀਰ ਵਿਰਚਕ ਔਰ ਕਬੀਰ ਬਾਣੀ ਦੋ ਗ੍ਰੰਥ ਹੋਰ ਵੀ ਕਬੀਰ ਸਾਹਿਬ ਦੇ ਨੇ, ਪਰ ਸਾਰੀ ਬਾਣੀ ਕਬੀਰ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਬੀਰ ਸਾਹਿਬ ਦੀ ਉਹੀ ਬਾਣੀ ਹੈ ਜਿਹੜੀ ਉਹਨਾਂ ਨੇ ਸਰਾਕਾਰ ਦੀ ਭਗਤੀ ਨੂੰ ਛੱਡ ਕੇ ਨਿਰਾਕਾਰ ਦੀ ਭਗਤੀ ਦੇ ਵਿੱਚ ਉਚਾਰੀ ਹੈ। ਜਿਹੜੀ ਬਾਣੀ ਦਾ ਸੰਬੰਧ ਸਰਾਕਾਰ ਦੇ ਨਾਲ ਹੈ, ਮਨੁੱਖ ਦੇ ਸਰੀਰ ਦੇ ਨਾਲ ਹੈ, ਉਹ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਿਲ ਨਹੀਂ ਕੀਤੀ ਗਈ ਕਬੀਰ ਸਾਹਿਬ ਦੀ ਵੀ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਕਬੀਰ ਸਾਹਿਬ ਦਾ ਇੱਕ ਸਲੋਕ ਸਾਡੀ ਜ਼ੁਬਾਨ 'ਤੇ ਅਕਸਰ ਆ ਜਾਂਦਾ ਹੈ, ਗੁਰ ਗੋਬਿੰਦ ਦੂ ਖੜੇ ਕਾਕੋ ਲਾਗੋ ਪਾਏ, ਬਲਹਾਰੀ ਗੁਰ ਆਪਣੇ ਜਿੰਦ ਗੋਬਿੰਦ ਦਿਓ ਮਿਲਾਏ। ਇਹ ਸ਼ਬਦ ਕਬੀਰ ਸਾਹਿਬ ਦਾ ਹੈ, ਪ੍ਰਮਾਣਿਕ ਤੌਰ 'ਤੇ ਉਚਾਰਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਇਹ ਸਾਡੀ ਉਸ ਵਿਚਾਰਧਾਰਾ ਦੀ ਵਿਰੋਧਤਾ ਕਰਦਾ ਸੀ, ਕਹਿੰਦੇ ਗੁਰ ਪਰਮੇਸ਼ਰ ਏਕੋ ਜਾਣ। ਉੱਥੇ ਉਹ ਦੋ ਰੂਪਾਂ ਦੀ ਗੱਲ ਕਰ ਰਿਹਾ, ਗੁਰ ਗੋਬਿੰਦ ਦੋ ਖੜੇ ਕਾਕੋ ਲਾਗੋ ਪਾਏ। ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਸ਼ਾਮਿਲ ਕੀਤੀ ਗਈ, ਉਹ ਬਾਣੀ ਸੀ ਜਿਹੜੀ ਉਸ ਨਿਰਾਕਾਰ ਬ੍ਰਹਮ ਦੇ ਨਾਲ ਜੋੜਦੀ ਸੀ, ਜਿਹੜੀ ਪਰਮਾਤਮਾ ਦੇ ਨਾਲ ਜੋੜਦੀ ਸੀ, ਮਨੁੱਖ ਦੀ ਦੇਹ ਦੇ ਨਾਲ ਨਹੀਂ ਸੀ ਜੋੜਦੀ, ਮਨੁੱਖ ਦੇ ਨਾਲ ਨਹੀਂ ਸੀ ਜੋੜਦੀ। ਅੱਜ ਸਮੱਸਿਆ ਇਹ ਹੈ ਕਿ ਕੋਈ ਵੀ ਡੇਰੇਦਾਰ ਹੈ, ਕੋਈ ਵੀ ਪ੍ਰਚਾਰਕ ਹੈ, ਉਹ ਗੁਰੂ ਦੇ ਨਾਲ ਨਹੀਂ ਜੋੜਨਾ ਚਾਹੁੰਦਾ, ਉਹ ਪਹਿਲਾਂ ਆਪਣੀ ਸੰਗਤ ਬਣਾਉਣਾ ਚਾਹੁੰਦਾ ਹੈ। ਮੇਰੀ ਸੰਗਤ, ਮੇਰਾ ਪਹਿਰਾਵਾ, ਮੇਰੇ ਗਾਤਰੇ ਦਾ ਰੰਗ ਵੱਖਰਾ, ਮੇਰਾ ਠਾਠ ਵੱਖਰਾ, ਮੇਰਾ ਗੁਰਦੁਆਰਾ ਵੱਖਰਾ, ਮੇਰਾ ਡੇਰਾ ਵੱਖਰਾ, ਇਹ ਜੋ ਕੁਝ ਵੀ ਸਿਰਜਿਆ ਜਾ ਰਿਹਾ ਹੈ, ਇਹ ਮਨੁੱਖ ਆਪਣੇ ਵਾਸਤੇ ਸਿਰਜ ਰਿਹਾ ਹੈ। ਪਰ ਗੁਰੂ ਸਾਹਿਬ ਨੇ ਉਸ ਵੇਲੇ ਇਹਨਾਂ ਭਗਤਾਂ ਨੂੰ ਕਹਿ ਦਿੱਤਾ ਕਿ ਇਹ ਆਮ ਰਚਨਾਵਾਂ ਲਿਖਣ ਦਾ ਗ੍ਰੰਥ ਨਹੀਂ ਹੈ, ਇਹਦੇ 'ਚ ਤਾਂ ਉਹੀ ਰਚਨਾਵਾਂ ਸ਼ਾਮਿਲ ਹੋ ਸਕਦੀਆਂ ਜਿਨ੍ਹਾਂ ਨੂੰ ਖਸਮ ਕੀ ਬਾਣੀ ਦਾ ਦਰਜਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮਿਲਾ ਲਓ। ਇਹ ਤਾਂ ਖਸਮ ਕੀ ਬਾਣੀ ਹੈ, ਇਹਦੇ ਵਿੱਚ ਮਨੁੱਖ ਦੀਆਂ, ਜਿਸ ਤਰ੍ਹਾਂ ਪਾਵਨ ਗੁਰਬਾਣੀ 'ਚ ਸ਼ਬਦ ਆਉਂਦਾ ਨਾ, ਲੋਕ ਕਹੇ ਜੇ ਗੀਤ ਹੈ ਜੇ ਤੋ ਬ੍ਰਹਮ ਵਿਚਾਰ। ਇਹ ਕੋਈ ਗੀਤ ਨਹੀਂ ਹੈ, ਇਹ ਕੋਈ ਕਵਿਤਾ ਨਹੀਂ ਹੈ, ਰੂਪ ਕਾਵਬੱਧ ਹੈ, ਪਰ ਇਹ ਤੇ ਬ੍ਰਹਮ ਦੀਆਂ ਵਿਚਾਰਾਂ ਨੇ, ਮਨੁੱਖ ਦੀ ਸਿਫਤ ਨਹੀਂ ਹੈ ਬਾਣੀ 'ਚ, ਬ੍ਰਹਮ ਦੀ ਸਿਫਤ ਹੈ। ਮਨੁੱਖ ਨੂੰ ਤਾਂ ਦੱਸਿਆ ਗਿਆ ਹੈ ਕਿ ਉਸ ਬ੍ਰਹਮ ਦੇ ਨਾਲ ਪੁਰਨੂਰ ਕਿਵੇਂ ਹੋਣਾ, ਉਸ ਬ੍ਰਹਮ ਦੇ ਨਾਲ ਜੁੜਨਾ ਕਿਵੇਂ ਹੈ। ਇਹ ਜਿਹੜੇ ਭਗਤ ਸੀ ਇਹਨਾਂ ਦੇ ਵਿੱਚੋਂ ਜਿਹੜਾ ਕਾਨਾ ਸੀ ਉਹ ਚੰਦੂ ਦਾ ਕੁੜਮ ਸੀ, ਆਪਸ ਦੇ ਵਿੱਚ ਰਿਸ਼ਤੇਦਾਰੀ ਸੀ, ਕੁਝ ਇਹ ਵੀ ਕਹਿੰਦੇ ਨੇ ਕਿ ਬਰਾਦਰੀ 'ਚ ਉਹਦਾ ਭਰਾ ਲੱਗਦਾ ਸੀ। ਖੈਰ ਕੁਛ ਵੀ ਹੋਵੇ, ਇੱਕ ਰਿਸ਼ਤੇਦਾਰੀ ਸੀ। ਹੁਣ ਤੀਜਾ ਜਿਹੜਾ ਐਕਟੀਵੇਟਰ ਕਾਰਨ ਬਣ ਜਾਂਦਾ ਉਹ ਹੈ ਚੰਦੂ।
ਅਸੀਂ ਸਾਰਾ ਦੋਸ਼ ਚੰਦੂ ਦੇ ਉੱਪਰ ਸੁੱਟ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਚੰਦੂ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਦੇ ਵਾਸਤੇ ਲੈ ਕੇ ਆਇਆ, ਉਸ ਨੇ ਗੁਰੂ ਘਰ ਦੇ ਬਾਰੇ ਕੁਛ ਅਪ ਸ਼ਬਦ ਕਹੇ ਅਤੇ ਗੁਰੂ ਸਾਹਿਬ ਦੇ ਸੰਗਤ ਦੇ ਕਹਿਣ ਦੇ ਉੱਪਰ ਉਸ ਰਿਸ਼ਤੇ ਨੂੰ ਅਪ੍ਰਵਾਨ ਕਰ ਦਿੱਤਾ, ਸਵੀਕਾਰ ਨਾ ਕੀਤਾ। ਅਤੇ ਚੰਦੂ ਜਿਹੜਾ ਸੀ ਉਹ ਬੜਾ ਬਖਲਾ ਗਿਆ, ਗੁੱਸੇ ਦੇ ਵਿੱਚ ਆ ਗਿਆ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਾਰਨ ਉਹ ਬਣਿਆ। ਹੁਣ ਖਿਆਲ ਕਰਿਓ, ਇੱਕ ਆਮ ਬ੍ਰਾਹਮਣ ਜਾਂ ਖੱਤਰੀ, ਕੀ ਉਸਦੀ ਇੰਨੀ ਵੱਡੀ ਗੁਰੂ ਸਾਹਿਬ ਦੇ ਸਾਹਮਣੇ ਪ੍ਰਭੂ ਸੱਤਾ ਹੋ ਸਕਦੀ ਹੈ ਕਿ ਉਹ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਣ ਦਾ ਕਾਰਨ ਬਣ ਸਕੇ? ਹੁਣ ਚੰਦੂ ਦਾ ਲੈਵਲ ਕਿੰਨਾ ਸੀ? ਚੰਦੂ ਗੁਰੂ ਸਾਹਿਬ ਦੇ ਖਿਲਾਫ ਹੈ। ਚਾਰ ਭਗਤ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਰਚਨਾ ਬੜੀ ਸੋਹਣੀ ਲਿਖਦੇ ਹਾਂ, ਉਹ ਖਿਲਾਫ ਨੇ। ਗੁਰੂ ਘਰ ਦੇ ਵਿੱਚੋਂ ਪਿਰਥੀ ਚੰਦ ਖਿਲਾਫ ਹੈ, ਤੇ ਇਹਨਾਂ ਦਾ ਉਸ ਵੇਲੇ ਰਾਜਨੀਤਿਕ ਪ੍ਰਭਾਵ ਕਿੰਨਾ ਕੁ ਹੈ? ਮਾਫ ਕਰਨਾ, ਮੈਂ ਇੱਕ ਚੱਲਦੇ ਚੱਲਦੇ ਇਸ ਪ੍ਰਕਰਨ ਦੇ ਵਿੱਚ ਇੱਕ ਗੱਲ ਸਾਂਝੀ ਕਰ ਦੇਵਾਂ। ਸੋਸ਼ਲ ਮੀਡੀਆ ਦੇ ਉੱਪਰ ਕੁਛ ਦਿਨਾਂ ਤੋਂ ਇੱਕ ਗੱਲ ਨੂੰ ਬੜਾ ਪ੍ਰਚਾਰਿਆ ਜਾ ਰਿਹਾ, ਗੁਰਪ੍ਰਤਾਪ ਸੂਰਜ ਗ੍ਰੰਥ ਦਾ ਹਵਾਲਾ ਦੇ ਕੇ। ਉਹਦੇ ਵਿੱਚ ਕੀ ਕਿਹਾ ਜਾ ਰਿਹਾ? ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ ਗੁਰੂ ਅਰਜਨ ਸਾਹਿਬ ਨੂੰ ਚੰਦੂ ਦੀ ਹਵੇਲੀ ਦੇ ਵਿੱਚ ਸ਼ਹੀਦ ਕੀਤਾ ਜਾ ਰਿਹਾ ਸੀ, ਉਸ ਵੇਲੇ ਚੰਦੂ ਦੀ ਨੌਂ ਆਈ ਤੇ ਉਸਨੇ ਗੁਰੂ ਸਾਹਿਬ ਨੂੰ ਸ਼ਰਬਤ ਦੀ ਪੇਸ਼ਕਸ਼ ਕੀਤੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਹੁਣ ਤੇ ਤੇਰਾ ਇਹ ਸ਼ਰਬਤ ਸਵੀਕਾਰ ਨਹੀਂ ਕਰ ਸਕਦਾ, ਮੇਰੇ ਸਿੱਖ ਉਹ ਪੀਆ ਕਰਨਗੇ ਤੇ ਅਸੀਂ ਚੰਦੂ ਦੀ ਨੌਂ ਦੇ ਕਹਿਣ ਦੇ ਉੱਪਰ ਛਬੀਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਾਫ ਕਰਨਾ, ਇਹ ਜਿਹੜੀ ਬਣਾਈ ਗਈ ਮਿਥਾਸਕ ਕਹਾਣੀ ਹੈ ਇਹਦਾ ਸਾਡੇ ਇਤਿਹਾਸ ਨਾਲ ਕੋਈ ਸੰਬੰਧ ਨਹੀਂ, ਕੋਈ ਸੰਬੰਧ ਨਹੀਂ, ਬਿਲਕੁਲ ਝੂਠੀ ਕਹਾਣੀ ਹੈ। ਹੁਣ ਖਿਆਲ ਕਰੋ, ਚੰਦੂ ਦਾ ਪੁੱਤਰ ਕਰਨ ਜਿਹੜਾ ਉਹ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਹਰਗੋਬਿੰਦਪੁਰ ਦੀ ਲੜਾਈ ਦੇ ਵਿੱਚ ਲੜਦਾ ਹੋਇਆ ਮਾਰਿਆ ਜਾਂਦਾ ਭਗਵਾਨ ਦਾ ਸਕੇਰੜ ਦੇ ਨਾਲ। ਉਹ ਤਾਂ ਪੁਸ਼ਤਾਂ ਤੋਂ ਗੁਰੂ ਸਾਹਿਬ ਦੇ ਨਾਲ ਦੁਸ਼ਮਣੀ ਕਮਾ ਰਿਹਾ ਹੈ ਤੇ ਅਸੀਂ ਇਸ ਚੀਜ਼ ਨੂੰ ਅਸਟੈਬਲਿਸ਼ ਕਿਉਂ ਕਰ ਰਹੇ ਹਾਂ? ਤੇ ਜਿਸ ਗ੍ਰੰਥ ਦੇ ਵਿੱਚੋਂ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਚੰਦੂ ਦੀ ਨੌਂ ਦੀ ਭੂਮਿਕਾ ਨੂੰ ਲੋਕ ਸਵੀਕਾਰ ਕਰਾਉਣਾ ਜਾਂ ਕਰਾਉਣਾ ਚਾਹੁੰਦੇ ਨੇ, ਮੈਂ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਕਰਾਂ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਕੁਝ ਹਵਾਲੇ ਜਿਹੜੇ ਗੁਰਮਤਿ ਦੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪ੍ਰਮਾਣਿਤ ਹੁੰਦੇ ਨੇ, ਅਸੀਂ ਇਤਿਹਾਸਕਾਰ ਵੀ ਵਰਤਦੇ ਹਾਂ, ਪਰ ਸਾਰੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਇਤਿਹਾਸਕ ਗ੍ਰੰਥ ਦੇ ਤੌਰ 'ਤੇ ਨਹੀਂ ਵਰਤਿਆ ਜਾ ਸਕਦਾ। ਗੁਰਪ੍ਰਤਾਪ ਸੂਰਜ ਗ੍ਰੰਥ ਹੀ ਐਸਾ ਗ੍ਰੰਥ ਹੈ ਜਿਸਨੇ ਭਾਈ ਬਾਲੇ ਦੀ ਜਨਮ ਸਾਖੀ ਨੂੰ ਆਧਾਰ ਲੈ ਕੇ ਜਿਸਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਰੈਕਟਰ ਦੇ ਉੱਪਰ ਬੜੇ ਗੰਦੇ ਦੂਸ਼ਣ ਲਾਏ, ਉਸ ਨੂੰ ਆਧਾਰ ਲੈ ਕੇ ਪੈੜੇ ਔਰ ਮੁੱਖੇ ਦੇ ਪ੍ਰਕਰਨ ਨੂੰ ਜੋੜ ਕੇ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਸੀ ਉਹ ਕੱਤਕ ਦੇ ਵਿੱਚ ਲੈ ਆਉਂਦਾ, ਜਦੋਂ ਕਿ ਕਿਸੇ ਵੀ ਤੁਸੀਂ ਪ੍ਰਮਾਣਿਕ ਸਰੋਤ ਨੂੰ ਪੜ੍ਹ ਲਓ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵਿਸਾਖ ਦੇ ਮਹੀਨੇ ਦੇ ਵਿੱਚ ਹੋਇਆ। ਇਹ ਗੁਰਪ੍ਰਤਾਪ ਸੂਰਜ ਗ੍ਰੰਥ ਹੀ ਐਸਾ ਹੈ ਜਿਹੜਾ ਕਹਿੰਦਾ ਹੈ ਕਿ ਅੰਮ੍ਰਿਤ ਸੰਸਕਾਰ ਦੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਵੀ ਦੀ ਪੂਜਾ ਕੀਤੀ, ਦੁਰਗਾ ਦੀ ਪੂਜਾ ਕੀਤੀ, ਇਹ ਵੀ ਇਸ ਗ੍ਰੰਥ ਨੇ ਸਿੱਖਾਂ ਦੇ ਵਿੱਚ ਪਾਇਆ। ਜੇ ਹੋਰ ਅੱਗੇ ਚਲੇ ਜਾਈਏ ਤੇ ਇਹ ਗ੍ਰੰਥ ਤਾਂ ਰੁੱਤ ਅੱਸੂ ਦੇ ਵਿੱਚ ਇਹ ਗੱਲ ਵੀ ਕਹਿੰਦਾ ਹੈ ਕਿ ਮਾਤਾ ਗੁਜਰ ਕੌਰ ਜੀ ਵੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਬਿਦਾਵਾ ਦੇ ਕੇ ਚਲੇ ਗਏ। ਲਿਖਿਓ ਬਿਦਾਵਾ ਹੋ ਜਨਨ ਤੇਰੀ ਕੋਪ ਮਨ ਮਾਤ ਵਢੇਰੀ, ਕਿ ਮਾਤਾ ਗੁਜਰ ਕੌਰ ਜੀ ਵੀ ਗੁਰੂ ਗੋਬਿੰਦ ਸਿੰਘ ਨੂੰ ਬਿਦਾਵਾ ਦੇ ਕੇ ਚਲੇ ਗਏ। ਕੀ ਇਹਨਾਂ ਗੱਲਾਂ ਨੂੰ ਅਸੀਂ ਮੰਨ ਲਵਾਂਗੇ? ਔਰ ਬਾਕੀ ਤੇ ਗੱਲਾਂ ਛੱਡ ਹੀ ਦਿਓ,
ਉਹ ਇੱਥੋਂ ਤੱਕ ਕਹਿੰਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਸਿੰਘ ਨੂੰ ਉਸ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਦੇ ਵਾਸਤੇ ਭੇਜਿਆ ਤੇ ਗੁਰੂ ਸਾਹਿਬ ਨੇ ਸ਼ਰਾਬ ਵੀ ਪਿਆਈ ਤੇ ਫੀਮ ਵੀ ਖਵਾਈ। ਤੁਸੀਂ ਇਹਨਾਂ ਹਵਾਲਿਆਂ ਨੂੰ ਮੰਨ ਲਵੋਗੇ? ਇੰਨਾ ਜ਼ਿਆਦਾ ਬ੍ਰਾਹਮਣਵਾਦੀ ਕੂੜ ਕਬਾੜ ਇਹਨਾਂ ਗ੍ਰੰਥਾਂ ਦੇ ਵਿੱਚ ਭਰਿਆ ਜਾ ਰਿਹਾ ਹੈ ਤੇ ਅੱਜ ਉਹਨਾਂ ਗ੍ਰੰਥਾਂ ਦੇ ਵਿੱਚੋਂ ਹਵਾਲੇ ਦੇ ਕੇ ਚੰਦੂ ਦੀ ਨੌਂ ਨੂੰ ਸਾਡੀ ਮਾਨਸਿਕਤਾ ਵਿੱਚ ਐਸਟੈਬਲਿਸ਼ ਕੀਤਾ ਜਾ ਰਿਹਾ ਹੈ। ਉਹ ਪਿਆਰਿਓ, ਸਿੱਖ ਧਰਮ ਦੇ ਵਿੱਚ ਪਾਣੀ ਪਿਆਉਣ ਦਾ, ਛਬੀਲਾ ਲਾਉਣ ਦਾ, ਬੇਸ਼ੱਕ ਛਬੀਲ ਫਾਰਸੀ ਭਾਸ਼ਾ ਦਾ ਅਰਥ ਹੈ ਸ਼ਬ ਈਲ, ਮਿੱਠੇ ਪਾਣੀ ਦੀ ਜਗ੍ਹਾ, ਇਹ ਪ੍ਰਕਰਨ ਤਾਂ ਸਾਡਾ ਬਹੁਤ ਪੁਰਾਣਾ ਹੈ। ਗੁਰੂ ਨਾਨਕ ਸਾਹਿਬ ਨੇ ਦਿੱਲੀ ਵਿਖੇ ਪਹਿਲੀ ਛਬੀਲ ਲਾਈ ਸੀ ਜਿਸ ਨੂੰ ਗੁਰਦੁਆਰਾ ਨਾਨਕ ਪਿਆਓ ਦੇ ਨਾਲ ਯਾਦ ਕੀਤਾ ਜਾਂਦਾ ਹੈ। ਇੰਨਾ ਜ਼ਰੂਰ ਹੈ ਕਿ ਜਦੋਂ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੋਈ, ਹਾੜ ਦੇ ਦਿਨ ਸੀ, ਗਰਮੀ ਬਹੁਤ ਸੀ, ਸਿੱਖੀ ਬਹੁਤ ਫੈਲ ਚੁੱਕੀ ਸੀ, ਜਦੋਂ ਸੰਤਾਂ ਛੇਵੇਂ ਪਾਤਸ਼ਾਹ ਦੇ ਨਾਲ ਮਾਤਮ ਪੁਰਸ਼ੀ ਦੇ ਵਾਸਤੇ, ਅਫਸੋਸ ਦੇ ਵਾਸਤੇ ਵੱਖ ਵੱਖ ਜਗ੍ਹਾ ਤੋਂ ਆ ਰਹੀਆਂ ਸੀ ਤੇ ਰਸਤੇ ਦੇ ਵਿੱਚ ਗੁਰਸਿੱਖਾਂ ਨੇ ਠੰਡੇ ਪਾਣੀ ਦੀਆਂ, ਮਿੱਠੇ ਪਾਣੀ ਦੀਆਂ ਛਬੀਲਾਂ ਲਗਾ ਦਿੱਤੀਆਂ ਕਿ ਸੰਗਤ ਇੰਨੀ ਦੂਰੋਂ ਤੁਰ ਕੇ ਆਈ ਹੈ, ਉਹ ਜਿਹੜੀ ਹੈ ਪਿਆਸੀ ਨਾ ਹੋਵੇ, ਉਹਨਾਂ ਨੂੰ ਤ੍ਰੇਹ ਨਾ ਲੱਗੀ ਹੋਵੇ। ਸੋ ਗੱਲ ਤਾਂ ਇੱਥੇ ਸੀ, ਪਰ ਅਸੀਂ ਇਸ ਬ੍ਰਾਹਮਣਵਾਦ ਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਿਉਂ ਕੀਤੀ? ਅਸੀਂ ਇਸ ਕਰਕੇ ਕੀਤੀ, ਔਰ ਅੱਜ ਹੀ ਕਿਉਂ ਕੀਤੀ, ਜਦੋਂ ਅਸੀਂ ਕਹਿ ਰਹੇ ਹਾਂ ਕਿ ਸਾਰੇ ਹਿੰਦੁਸਤਾਨ ਦੇ ਉੱਪਰ ਏਕਾ ਕੇਂਦਰਿਤ, ਜਿਸ ਨੂੰ ਅਸੀਂ ਹਿੰਦੂ ਧਰਮ ਰਾਜ ਕਹਿੰਦੇ, ਉਹ ਆ ਗਿਆ। ਉਹ ਜਿਹੜਾ ਏਕਾ ਕੇਂਦਰਿਤ ਰਾਜ ਹੈ ਜਿਸ ਨੂੰ ਅਸੀਂ ਹਿੰਦੂ ਤੇ ਹਿੰਦੂਤਵ ਦਾ ਬ੍ਰਹਮਨਿਸਟਿਕ ਨੈਸ਼ਨਲਿਜ਼ਮ ਕਹਿੰਦੇ ਹਾਂ, ਬ੍ਰਾਹਮਣਵਾਦੀ ਰਾਸ਼ਟਰਵਾਦ ਕਹਿੰਦੇ ਹਾਂ, ਉਸ ਸਮੇਂ ਇਹ ਗੱਲ ਕਿਉਂ ਪ੍ਰਚਾਰੀ ਜਾ ਰਹੀ ਹੈ? ਇਸ ਕਰਕੇ ਪ੍ਰਚਾਰੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਦੋਸ਼ ਵੀ ਤੁਹਾਡੇ ਸਿਰ ਮੜਿਆ ਜਾਣਾ। ਇੱਕ ਕਿਤਾਬ ਹੈ ਅੰਗਰੇਜ਼ੀ ਦੇ ਵਿੱਚ, ਵਿਨਾਇਕ ਦਮੋਦਰ ਸਾਵਰਕਰ ਦੀ ਲਿਖੀ ਹੋਈ, ਉਹ ਸਾਵਰਕਰ ਜਿਸ ਨੇ ਉਸ ਸਮੇਂ ਕਾਲੇ ਪਾਣੀ ਦੇ ਵਿੱਚੋਂ ਅੰਡੇਮਾਨ ਨਿੱਕੇਬਾਰ ਜੇਲ੍ਹ ਦੇ ਵਿੱਚੋਂ ਮਰਸੀ ਪਟੀਸ਼ਨਸ ਲਿਖੀਆਂ, ਰਹਿਮ ਦੀਆਂ ਅਪੀਲਾਂ ਪਾਈਆਂ, ਜਿਸ ਨੂੰ ਅੱਜ ਹਿੰਦੁਸਤਾਨ ਦਾ ਸਭ ਤੋਂ ਵੱਡਾ ਕ੍ਰਾਂਤੀਕਾਰੀ ਸਾਬਿਤ ਕੀਤਾ ਜਾ ਰਿਹਾ। ਉਸਨੇ ਇੱਕ ਕਿਤਾਬ ਲਿਖੀ ਹੈ, ਸਿਕਸ ਗਲੋਰੀਅਸ ਇਕੋਪਸ ਆਫ ਇੰਡੀਅਨ ਹਿਸਟਰੀ, ਉਹਦਾ ਹਿੰਦੀ ਅਨੁਵਾਦ ਵੀ ਮਿਲਦਾ ਹੈ, ਭਾਰਤੀ ਦਾ ਇਤਿਹਾਸ ਕੇ 6 ਸਵਰਨੀਯ ਪ੍ਰਿਸ਼ਠ। ਉਹਦੇ ਵਿੱਚ ਉਹ ਕੀ ਲਿਖਦਾ ਹੈ, ਕਹਿੰਦਾ ਹੈ ਕਿ ਗੁਰੂ ਅਰਜਨ ਨੂੰ ਕਤਲ ਤੋਂ ਪਹਿਲਾਂ 2 ਲੱਖ ਰੁਪਏ ਦਾ ਜੁਰਮਾਨਾ ਹੋਇਆ ਤੇ ਉਸ ਜੁਰਮਾਨੇ ਨੂੰ ਪੇਸ਼ ਕਰਨ ਦੀ, ਭਰਨ ਦੀ ਜਾਂ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਚੰਦੂ ਨੇ ਲਈ। ਚੰਦੂ ਇੱਕ ਐਸਾ ਗੁਰਸਿੱਖ ਸੀ ਜਿਹੜਾ ਕਹਿੰਦਾ ਹੈ ਕਿ ਮੈਂ 2 ਲੱਖ ਰੁਪਈਆ ਦੇ ਕੇ ਗੁਰੂ ਸਾਹਿਬ ਦੀ ਜਾਨ ਬਚਾ ਸਕਦਾ, ਪਰ ਸਿੱਖ ਨਹੀਂ ਮੰਨੇ। ਹੁਣ ਤੁਸੀਂ ਵੇਖ ਲਓ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਇਤਿਹਾਸ ਨਾ ਸੰਭਾਲਿਆ, ਤੁਸੀਂ ਇਸ ਗੱਲ ਨੂੰ ਨਾ ਵਿਚਾਰਿਆ, ਤੇ ਹੁਣ ਵੇਖ ਲਓ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਦਾ ਦੋਸ਼ ਵੀ ਸਾਡੇ ਸਿਰ ਮੜਿਆ ਜਾਵੇਗਾ। ਔਰ ਮੈਂ ਇਹਨੂੰ ਤੇ ਛੱਡ ਹੀ ਦੇਵਾਂ, 2005-06 ਦੇ ਵਿੱਚ ਇੱਕ ਅੰਗਰੇਜ਼ੀ ਕਿਤਾਬ ਛਾਪੀ, ਰਾਈਜ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ, ਥੀਸਿਸ ਸੀ ਯੂਨੀਵਰਸਿਟੀ ਦਾ, ਉਹਦੇ ਵਿੱਚ ਵੀ ਇਹੀ ਗੱਲ ਲਿਖੀ ਗਈ ਕਿ ਗੁਰੂ ਸਾਹਿਬ ਨੂੰ 2 ਲੱਖ ਦਾ ਜੁਰਮਾਨਾ ਕੀਤਾ ਗਿਆ। ਇਹ ਸਾਡੀਆਂ ਜਿਹੜੀਆਂ ਸੰਪਰਦਾਵਾਂ ਨੇ, ਇਹ ਵੀ RSS ਦੇ ਅੱਡੇ ਬਣ ਚੁੱਕੀਆਂ ਨੇ। ਇਸ ਗੱਲ ਨੂੰ ਸਮਝਣਾ ਪਵੇਗਾ ਕਿ ਸਾਡਾ ਇਤਿਹਾਸ ਕੀ ਹੈ, ਗੁਰੂ ਸਾਹਿਬ ਦੀ ਸ਼ਹਾਦਤ ਦਾ ਔਜ਼ ਕੀ ਹੈ, ਗੁਰੂ ਸਾਹਿਬ ਦੀ ਸ਼ਹਾਦਤ ਦੇ ਕਾਰਨ ਕੀ ਨੇ। ਕੀ ਇੰਨੇ ਨਿੱਕੇ ਕਾਰਨ, ਇੰਨੇ ਛੋਟੇ ਕਾਰਨ ਕਿ ਪਿਰਥੀ ਚੰਦ ਮੈਨੂੰ ਗੱਦੀ ਮਿਲ ਜਾਵੇ, ਸ਼ਹੀਦ ਕਰਵਾ ਦਿੱਤਾ ਗੁਰੂ ਸਾਹਿਬ ਨੂੰ, 4 ਭਗਤ ਆਏ ਨੇ ਸਾਡੀ ਬਾਣੀ ਸ਼ਾਮਿਲ ਕੀਤੀ ਜਾਵੇ, ਸ਼ਹੀਦ ਕਰਵਾ ਦਿੱਤਾ ਗੁਰੂ ਸਾਹਿਬ ਨੂੰ,
ਜਾਂ ਫਿਰ ਚੰਦੂ ਦੀ ਬੇਟੀ ਦਾ ਰਿਸ਼ਤਾ ਨਹੀਂ ਰਿਹਾ ਅਤੇ ਸ਼ਹੀਦ ਕਰਵਾ ਦਿੱਤਾ ਗੁਰੂ ਸਾਹਿਬ ਨੂੰ, ਵੀ ਜਾਂ ਹੀਰ ਨੂੰ ਇਹਨਾਂ ਦਿਨਾਂ ਦੇ ਵਿੱਚ ਕੀ ਇੰਟਰਸਟ ਹੈ? ਇਹ ਜਿਹੜੇ ਚਾਰ ਨੇ ਕਾਰਨ, ਗੁਰੂ ਸਾਹਿਬ ਦਾ ਪਰਿਵਾਰਕ ਕਾਰਨ, ਬਾਣੀ ਦੀ ਰਚਨਾ ਦਾ ਕਾਰਨ, ਸੱਚੀ ਬਾਣੀ ਦਾ ਕਾਰਨ ਅਤੇ ਚੰਦੂ ਦੇ ਰਿਸ਼ਤੇ ਦਾ ਕਾਰਨ, ਛੋਟੇ ਛੋਟੇ ਸਹਿ ਕਾਰਨ ਨੇ, ਐਕਟੀਵੇਟਰ ਨੇ, ਇਹ ਮੇਨ ਕਾਰਨ ਨਹੀਂ ਹੈਗਾ। ਮੇਨ ਕਾਰਨ ਦੇ ਵਿੱਚ ਅਸੀਂ ਆਖਰ 'ਤੇ ਆਉਂਦੇ ਹਾਂ ਵੀ ਅਸਲੀ ਕਾਰਨ ਕੀ ਸੀ ਸ਼ਹਾਦਤ ਦਾ। ਹੁਣ ਖਿਆਲ ਕਰੋ ਇਹਨਾਂ ਦਾ ਜਿਹੜਾ ਰਾਜਸੀ ਪ੍ਰਭਾਵ ਹੈ ਕਿੰਨਾ। ਅਫਗਾਨਿਸਤਾਨ ਦੇ ਰਸਤੇ ਦੇ ਵਿੱਚ ਪਿਸ਼ਾਵਰ ਦੇ ਕੋਲ ਜਿੱਥੇ ਸਾਰਾਗੜੀ ਦੀ ਜੰਗ ਦੀ ਗੱਲ ਚੱਲਦੀ ਹੈ, ਇਹ ਸਾਰਾ ਸੱਦੋ ਜਈ ਅਤੇ ਯੂਸਫ ਜਈ ਪਠਾਣਾ ਦਾ ਇਲਾਕਾ ਹੈ। ਇੱਥੇ ਪਠਾਣਾ ਦੀਆਂ 22 ਮੁਖੀਆਂ ਨੇ ਔਰ ਇਹਨਾਂ 22 ਮੁਖੀਆਂ ਜਿਹੜੀਆਂ ਨੇ ਇਹਨਾਂ ਨੂੰ ਜੇਕਰ ਆਪਣੇ ਪ੍ਰਭਾਵ ਅਧੀਨ ਲਿਆਂਦਾ, ਇਹਨਾਂ 'ਤੇ ਕਬਜ਼ਾ ਕੀਤਾ ਅਤੇ ਹਰੀ ਸਿੰਘ ਨਲੂਏ ਨੇ ਕੀਤਾ, ਇਸ ਤੋਂ ਪਹਿਲਾਂ ਦਿੱਲੀ ਦਰਬਾਰ ਵੀ ਕਬਜ਼ਾ ਨਹੀਂ ਕਰ ਸਕਿਆ। ਔਰ ਤੁਹਾਨੂੰ ਤਾਂ ਇਸ ਗੱਲ ਦੇ ਪ੍ਰਮਾਣ ਹੈ ਕਿ ਕਿਸੇ ਸਮੇਂ ਹਰੀ ਸਿੰਘ ਨਲੂਆ ਤੁਹਾਡੇ ਇਸ ਇਲਾਕੇ ਦਾ ਗਵਰਨਰ ਰਿਹਾ। 1819 ਤੋਂ ਲੈ ਕੇ ਅਤੇ ਉਸ ਤੋਂ ਬਾਅਦ ਤੱਕ ਇਹ ਜੰਮੂ ਕਸ਼ਮੀਰ ਦਾ ਇਲਾਕਾ ਹਰੀ ਸਿੰਘ ਨਲੂਏ ਦੇ ਅਧੀਨ ਰਿਹਾ ਹੈ। ਅਤੇ ਉਹ ਹਾਲਾਤ ਸੀ ਜਿਸ ਸਮੇਂ ਇੱਥੋਂ ਦੀਆਂ ਬ੍ਰਾਹਮਣਾਂ ਦੀਆਂ ਬੱਚੀਆਂ ਦੇ ਨਾਲ ਬੱਬੇ ਔਰ ਖੱਖੇ ਪਠਾਨ ਰੋਜ਼ ਚੁੱਕ ਕੇ ਬਲਾਤਕਾਰ ਕਰਿਆ ਕਰਦੇ ਸੀ। ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਦੇ ਕੇ ਜੇਕਰ ਬਲਾਤਕਾਰਾਂ ਦੇ ਉੱਪਰ ਹਮੇਸ਼ਾ ਦੇ ਵਾਸਤੇ ਵਿਸ਼ਰਾਮ ਲਾਇਆ ਤੇ ਉਹ ਹਰੀ ਸਿੰਘ ਨਲੂਏ ਨੇ ਲਾਇਆ। ਨਹੀਂ ਤੇ ਅੱਜ ਦੇ ਸਮੇਂ 'ਚ ਵੇਖ ਲਓ, ਜੇ ਕੱਲ੍ਹ ਦੀਆਂ ਗੱਲਾਂ, ਤੁਹਾਡੇ ਕੋਲ ਪਿੰਡ ਰਸਾਨਾ ਦੇ ਵਿੱਚ 8 ਸਾਲ ਦੀ ਬੱਚੀ ਆਫਿਸਾ ਦੇ ਨਾਲ ਬਲਾਤਕਾਰ ਹੋਇਆ। ਹਰੀ ਸਿੰਘ ਨਲੂਏ ਦੇ ਰਾਜ ਦੇ ਵਿੱਚ ਇਹ ਨਹੀਂ ਸੀ ਹੋ ਸਕਦਾ। ਪਤਾ ਸੀ ਸਜ਼ਾਏ ਮੌਤ ਹੈ ਬਲਾਤਕਾਰ ਦੀ। ਰਾਤ ਵੀ ਤੁਰੀ ਜਾਂਦੀ ਬੱਚੀ ਵੱਲ ਕੋਈ ਅੱਖ ਚੁੱਕ ਕੇ ਨਹੀਂ ਸੀ ਵੇਖ ਸਕਦਾ, ਕਿਉਂਕਿ ਉਹ ਸਰਦਾਰ ਦਾ ਰਾਜ ਸੀ। ਤੁਹਾਨੂੰ ਫਖਰ, ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਤੁਹਾਡੇ ਇਸ ਇਲਾਕੇ ਦੇ ਉੱਪਰ ਕੌਮ ਦੇ ਉਸ ਜਰਨੈਲ ਦਾ ਰਾਜ ਰਿਹਾ ਜਿਹਨੇ ਦੁਨੀਆਂ ਦੇ ਸਭ ਤੋਂ ਔਖੇ ਤੇ ਆਖਰੀ ਦਰਾ ਖੈਬਰ ਨੂੰ ਫਤਿਹ ਕੀਤਾ, ਜਿਸ ਨੂੰ ਅੱਜ ਅਮਰੀਕਾ ਵੀ ਫਤਿਹ ਨਹੀਂ ਕਰ ਸਕਿਆ। ਅਫਗਾਨਿਸਤਾਨ 'ਚ ਫੌਜਾਂ ਕੱਢ ਰਿਹਾ, ਦੁਨੀਆਂ ਦਾ ਉਹ ਜਰਨੈਲ ਜਿਸਨੇ ਉਸ ਇਲਾਕੇ ਨੂੰ ਫਤਿਹ ਕੀਤਾ। ਜਿਸ ਵੇਲੇ ਜਹਾਂਗੀਰ ਨੂੰ ਪਤਾ ਲੱਗਾ, ਇਸ ਤੋਂ ਪਹਿਲਾਂ ਅਕਬਰ ਦੀ ਗੱਲ ਲੈ ਲਈਏ, ਅਕਬਰ ਦੇ ਸਮੇਂ ਬੀਰਬਲ ਸੀ। ਬੀਰਬਲ ਨੂੰ ਪਤਾ ਲੱਗਾ ਕਿ ਇੱਥੇ ਸੱਦੋ ਜਈਆਂ ਨੇ ਔਰ ਯੂਸਫ ਜਈਆਂ ਨੇ ਬਗਾਵਤ ਕਰ ਦਿੱਤੀ ਹੈ। ਜਦੋਂ ਬੀਰਬਲ ਉਸ ਬਗਾਵਤ ਨੂੰ ਦਬਾਉਣ ਦੇ ਵਾਸਤੇ ਉਸ ਇਲਾਕੇ 'ਚ ਜਾ ਰਿਹਾ, ਲਾਹੌਰ ਦੇ ਕੋਲ ਰੁਕਿਆ, ਲਾਹੌਰ ਦੇ ਕੋਲ ਇਹ ਚੌਵੇਂ ਜਾਣੇ ਇਕੱਠੇ ਗਏ ਨੇ, ਕਾਨਾ, ਪੀਲੂ, ਸ਼ੱਜੂ ਹਸਨ ਦਾ ਗਰੁੱਪ, ਪਿਰਥੀ ਚੰਦ ਗੁਰੂ ਘਰ ਦੇ ਵਿਰੋਧੀ ਔਰ ਚੰਦੂ। ਇਹਨਾਂ ਦੀ ਅਪਰੋਚ ਸਿਰਫ ਬੀਰਬਲ ਤੱਕ ਹੈ, ਕਿਉਂਕਿ ਬੀਰਬਲ ਇਸ ਇਲਾਕੇ ਦੇ ਵਿੱਚ ਆਇਆ। ਹੁਣ ਬੀਰਬਲ ਹੈ ਕੌਣ ਸੀ? ਮੈਂ ਤੇ ਹੈਰਾਨ ਰਹਿ ਜਾਂਦਾ, ਸਾਡੇ ਬੱਚਿਆਂ ਨੂੰ ਇੰਨਾ ਜ਼ਿਆਦਾ ਟੀਵੀ ਸੀਰੀਅਲ ਦੇ ਰਾਹੀਂ ਬੀਰਬਲ ਨੂੰ ਮਾਨਸਿਕਤਾ ਵਿੱਚ ਭਰ ਦਿੱਤਾ ਗਿਆ ਹੈ ਨਾ, ਸਾਡੇ ਬੱਚਿਆਂ ਦੀ ਜ਼ਬਾਨ 'ਤੇ ਬੀਰਬਲ ਸ਼ਬਦ ਹਰ ਵੇਲੇ ਅਕਬਰ ਬੀਰਬਲ, ਅਕਬਰ ਬੀਰਬਲ, ਕਿਉਂਕਿ ਉਹ ਰੋਜ਼ ਵੇਖ ਰਹੇ ਨੇ ਮੀਡੀਆ ਦੇ ਵਿੱਚ, ਉਹ ਵਿਜ਼ੂਅਲ ਉਹਨਾਂ ਦੇ ਦਿਮਾਗ 'ਤੇ ਪਰਫੈਕਟ ਕਰ ਰਿਹਾ। ਤੁਸੀਂ ਇੱਕ ਖਲਨਾਇਕ ਨੂੰ ਨਾਇਕ ਬਣਾ ਦਿੱਤਾ ਹਿੰਦੁਸਤਾਨ ਦੇ ਇਤਿਹਾਸ ਦਾ। ਜਿਸ ਵੇਲੇ ਅਕਬਰ ਨੇ ਰਾਜਪੂਤਾਨੇ 'ਤੇ ਕਬਜ਼ਾ ਕੀਤਾ ਅਤੇ ਉਸਨੇ ਰਾਜਪੂਤਾਨੇ ਦੇ ਰਾਜੇ ਨੂੰ ਕਿਹਾ ਕਿ ਜਿਹੜਾ ਵੀ ਵੱਡਾ ਰਾਜਾ ਆਪਣੀ ਬੇਟੀ ਦਾ ਰਿਸ਼ਤਾ ਦੇ ਕੇ ਮੇਰੇ ਨਾਲ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਮੈਰਿਟਲ ਵਿਆਹ ਦੇ ਰਿਸ਼ਤੇ ਰਾਹੀਂ ਮੇਰੇ ਨਾਲ ਅਲਾਇੰਸ ਕਰਨਾ ਚਾਹੁੰਦਾ, ਉਹ ਕਰ ਸਕਦਾ। ਅਤੇ ਉਸ ਸਮੇਂ ਭਗਵਾਨ ਦਾਸ ਨੇ ਕੀਤਾ ਹੈ ਆਪਣੇ ਪਰਿਵਾਰ ਦੇ ਵਿੱਚੋਂ ਜੋਧਾ ਬਾਈ ਦਾ ਰਿਸ਼ਤਾ ਦੇ ਕੇ, ਜਿਸ ਦਾ ਬੇਟਾ ਅੱਗੋਂ ਸਲੀਮ ਸੀ, ਜਿਸ ਦਾ ਨਾਮ ਬਾਅਦ ਵਿੱਚ ਜਹਾਂਗੀਰ ਬਣਿਆ। ਅਤੇ ਉਸ ਜੋਧਾ ਬਾਈ ਦੇ ਦਾਜ ਦੇ ਵਿੱਚ ਮਹੇਸ਼ ਦਾਸ ਨਾਮ ਦਾ ਬ੍ਰਾਹਮਣ ਦਾਜ ਦੇ ਵਿੱਚ ਦਿੱਤਾ ਗਿਆ ਸੀ, ਜਿਸ ਨੂੰ ਬੀਰਬਲ ਕਿਹਾ ਜਾਂਦਾ। ਇਹਦਾ ਅਸਲੀ ਨਾਮ ਮਹੇਸ਼ ਦਾਸ ਸੀ।
ਇਸ ਨੂੰ ਜੋਧਾ ਬਾਈ ਦੇ ਦਾਜ ਦੇ ਵਿੱਚ ਦਿੱਤਾ ਗਿਆ ਸੀ ਕਿ ਬੜਾ ਹਾਜ਼ਰ ਜਵਾਬ ਤੇ ਬੜਾ ਸ਼ਾਤਰ ਪੰਡਿਤ ਹੈ, ਪੰਡਿਤ ਸੀ ਇਹ, ਇਸ ਨੂੰ ਦਾਜ ਦੇ ਵਿੱਚ ਦਿੱਤਾ ਗਿਆ। ਇਹ ਜਿਹੜਾ ਬੀਰਬਲ ਜਦੋਂ ਲਾਹੌਰ ਪਹੁੰਚਿਆ ਇਹਦੇ ਕੋਲ ਸ਼ਿਕਾਇਤਾਂ ਲੱਗੀਆਂ ਤੇ ਇਸ ਨੇ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ ਦੇ ਹੱਥ। ਮੈਂ ਪਾਕਿਸਤਾਨ ਦਾ ਉਸ ਸਮੇਂ ਤਾਂ ਇਹ ਸਾਰਾ ਇਕੱਠਾ ਸੀ, ਕੋਈ ਵੱਖਰਾ ਦੇਸ਼ ਨਹੀਂ ਸੀ, ਪਰ ਅੱਜ ਦੇ ਇਲਾਕੇ ਦੇ ਹਿਸਾਬ ਨਾਲ ਉਸਨੇ ਕਿਹਾ ਕਿ ਮੈਂ ਯੂਸਫ ਜਈਆਂ ਦੀ ਉਸ ਬਗਾਵਤ ਨੂੰ ਦਬਾਉਣ ਵਾਸਤੇ ਜਾ ਰਿਹਾ, ਮੇਰੇ ਆਉਣ ਤੱਕ ਤੁਸੀਂ ਆਪਣਾ ਇਹ ਸਿੱਖੀ ਦਾ ਕੇਂਦਰ ਬੰਦ ਕਰ ਦਿਓ, ਨਹੀਂ ਤੇ ਵਾਪਸ ਆਉਂਦਿਆਂ ਮੈਂ ਤੁਹਾਨੂੰ ਸਜ਼ਾ ਦੇਵਾਂਗਾ। ਇਹ ਧਮਕੀ ਬੀਰਬਲ ਗੁਰੂ ਅਰਜਨ ਸਾਹਿਬ ਨੂੰ ਦੇ ਕੇ ਗਿਆ ਸੀ। ਅਸੀਂ ਇੱਕ ਖਲਨਾਇਕ ਨੂੰ ਨਾਇਕ ਬਣਾ ਦਿੱਤਾ ਹਿੰਦੁਸਤਾਨ ਦੇ ਇਤਿਹਾਸ ਦਾ, ਸਾਡੇ ਗੁਰੂ ਸਾਹਿਬਾਨ ਨੂੰ ਧਮਕੀ ਦੇ ਕੇ ਗਿਆ ਸੀ ਤੇ ਗੁਰੂ ਸਾਹਿਬ ਨੇ ਜਵਾਬ ਬੜਾ ਪਿਆਰਾ ਦਿੱਤਾ ਸੀ। ਕਹਿੰਦੇ ਬੀਰਬਲ, ਗੁਰੂ ਦੀ ਵਿਚਾਰਧਾਰਾ ਨੂੰ ਤਾਂ ਖਤਮ ਕਰੇਗਾ ਨਾ ਜਦੋਂ ਜਾਏਗਾ ਤੇ ਵਾਪਸ ਆਏਗਾ, ਤੇ ਇਸ ਵਿਚਾਰਧਾਰਾ ਨੂੰ ਤਾਂ ਖਤਮ ਕਰੇਗਾ ਨਾ ਜੇ ਜਾ ਕੇ ਵਾਪਸ ਆਏਗਾ। ਤੇ ਬੀਰਬਲ ਉੱਥੇ ਸੁੱਤਾ ਪਿਆ ਸੀ, ਤਨਖਾਹ ਤੋਂ ਇਹਦਾ ਰਾਣਾ ਦੇ ਨਾਲ ਝਗੜਾ ਹੋਇਆ ਤੇ ਬੀਰਬਲ ਦਾ ਉਸੇ ਇਲਾਕੇ 'ਚ ਹੀ ਕਤਲ ਕਰ ਦਿੱਤਾ ਗਿਆ ਸੀ, ਬੀਰਬਲ ਵਾਪਸ ਹੀ ਨਹੀਂ ਆਇਆ। ਇਹਦੀ ਸੱਚਾਈ ਹੈ। ਹੁਣ ਤੁਸੀਂ ਖਿਆਲ ਕਰੋ ਕਿ ਗੁਰੂ ਘਰ ਨੂੰ, ਗੁਰੂ ਸਾਹਿਬ ਨੂੰ ਕਤਲ ਔਰ ਗੁਰੂ ਪਰੰਪਰਾ ਨੂੰ ਬੰਦ ਕਰਾਉਣ ਦੀ ਧਮਕੀ ਦੇਣ ਵਾਲੇ ਬੀਰਬਲ ਮਹੇਸ਼ ਦਾਸ ਪੰਡਿਤ ਨੂੰ ਅਸੀਂ ਖਲਨਾਇਕ ਤੋਂ ਨਾਇਕ ਬਣਾ ਦਿੱਤਾ ਸੀਰੀਅਸ ਦੇ ਰਾਹੀਂ। ਕਿਉਂ? ਕਿਉਂਕਿ ਅਸੀਂ ਆਪਣੇ ਇਤਿਹਾਸ ਦੀ ਘੋਖ ਕਰਨੀ, ਆਪਣੇ ਇਤਿਹਾਸ ਦੀ ਖੋਜ ਕਰਨੀ ਬੰਦ ਕਰ ਦਿੱਤੀ ਹੈ। ਹੁਣ ਅਸੀਂ ਆ ਜਾਈਏ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਅਸਲੀ ਕਾਰਨਾਂ ਦੇ ਵੱਲ। ਅੱਜ ਦੇ ਸਮੇਂ ਸਟੇਟ ਦੇ ਸਾਹਮਣੇ ਸਭ ਤੋਂ ਵੱਡਾ ਕਾਰਨ ਕੀ ਹੈ, ਜਾਂ ਸਟੇਟ ਜਿਹੜੀ ਹੈ ਇਹ ਹੋਂਦ ਦੇ ਵਿੱਚ ਕਿਉਂ ਆਈ ਹੈ? ਜੇ ਅਸੀਂ ਕਹਿੰਦੇ ਕਿ ਹਿੰਦੂ ਹਿੰਦੀ ਹਿੰਦੁੱਤਵ ਦੀ ਗੱਲ ਹੋਈ ਹੈ, ਇਹ ਸਟੇਟ ਹੋਂਦ ਦੇ ਵਿੱਚ ਕਿਉਂ ਆਈ ਹੈ? ਕਿਉਂਕਿ ਲੋਕਾਂ ਦੀ ਸੁਰਤ ਨੂੰ ਏਕਾ ਕੇਂਦਰਿਤ ਕੀਤਾ ਗਿਆ, ਪੋਲਰਾਈਜ਼ ਕੀਤਾ ਗਿਆ ਹਿੰਦੁੱਤਵ ਦੇ ਨਾਮ ਦੇ ਉੱਪਰ। ਹਰ ਰਾਜਾ ਇਹੀ ਚਾਹੁੰਦਾ ਹੈ ਕਿ ਉਸ ਦੀ ਸਟੇਟ ਦੇ ਲੋਕ ਉਹਦੇ ਧਰਮ ਔਰ ਉਹਦੀਆਂ ਮਾਨਤਾਵਾਂ ਦੇ ਅਨੁਸਾਰ ਪੋਲਰਾਈਜ਼ ਹੋ ਜਾਣ, ਏਕਾ ਕੇਂਦਰਿਤ ਹੋ ਜਾਣ। ਤੇ ਏਕਾ ਕੇਂਦਰਿਤ ਰਾਜ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਰਾਜ ਦਾ ਧਰਮ ਉਹੀ ਪ੍ਰਜਾ ਦਾ ਧਰਮ, ਇੱਕੋ ਕਾਨੂੰਨ, ਇੱਕੋ ਸ਼ਰ੍ਹਾ, ਇੱਕੋ ਧਰਮ, ਇੱਕੋ ਮਜ਼ਹਬ ਤੇ ਇੱਕੋ ਰਾਜ ਦੇ ਵਿੱਚੋਂ ਰਾਜਾ, ਜਿਸ ਨੂੰ ਇਸਲਾਮ ਦੇ ਵਿੱਚ ਕਿਹਾ ਜਾਂਦਾ ਹੈ ਦਾਰੁਲ ਇਸਲਾਮ। ਇਹ ਜਿਹੜੀ ਧਰਮ ਹੈ ਇਹ ਜਿਹੜੇ ਹਨੀਫਾ ਸਕਾਲਰਸ ਨੇ ਉਹਨਾਂ ਨੇ ਪੈਦਾ ਕੀਤੀ ਸੀ, ਅਬੂ ਹਨੀਫਾ ਨੇ। ਇਸ ਨੂੰ ਕਹਿੰਦੇ ਨੇ ਦਾਰੁਲ ਇਸਲਾਮ। ਹਰ ਰਾਜਾ ਚਾਹੁੰਦਾ ਹੈ ਕਿ ਮੇਰੇ ਰਾਜ ਦੇ ਵਿੱਚ ਰਹਿਣ ਵਾਲੇ ਲੋਕ ਸਾਰੇ ਇੱਕੋ ਵਿਚਾਰਧਾਰਾ ਦੇ ਧਾਰਨੀ ਹੋਣ, ਜਿਸ ਤਰ੍ਹਾਂ ਅੱਜ ਹੋ ਰਿਹਾ ਹਿੰਦੁਸਤਾਨ ਦੇ ਵਿੱਚ। ਇਹ ਵੀ ਇੱਕ ਪੋਲਰਾਈਜੇਸ਼ਨ ਆਫ ਮੈਂਟੈਲਿਟੀ ਹੈ ਕਿ ਹਿੰਦੁੱਤਵ ਦੇ ਨਾਮ ਦੇ ਉੱਪਰ ਵੋਟ ਲਈ ਜਾਂਦੀ, ਇਹ ਵੀ ਉਹੀ ਕੁਛ ਹੈ। ਔਰ ਇਸ ਨੂੰ ਇਸਲਾਮੀ ਨੁਕਤਾ ਨਿਗਾਹ ਦੇ ਵਿੱਚ ਇਸ ਪਾਲਿਸੀ ਨੂੰ ਕਿਹਾ ਜਾਂਦਾ ਅਸ ਸ਼ਰਾ ਤਹਿਤਮ ਸੈਫ, ਅਸ ਕਿਰਪਾਨ, ਸ਼ਰਾ ਇਸਲਾਮ ਦਾ ਕਾਨੂੰਨ, ਤਹਿਤਮ ਸੈਫ ਕਿ ਅਸੀਂ ਤਲਵਾਰ ਦੇ ਜ਼ੋਰ ਦੇ ਨਾਲ ਆਪਣੀ ਸ਼ਰ੍ਹਾ ਨੂੰ ਫੈਲਾਉਣਾ ਹੈ। ਹੁਣ ਵਿਚਾਰਧਾਰਾ ਦਾ ਵਿਰੋਧ ਕੀ ਹੈ? ਉਹ ਕਹਿੰਦੇ ਨੇ ਏਕਾ ਕੇਂਦਰਿਤ ਰਾਜ, ਤੇ ਸਾਡੀ ਜਿਹੜੀ ਗੁਰਬਾਣੀ ਹੈ ਕਹਿੰਦੀ ਬਹੁ ਕੇਂਦਰਿਤ ਰਾਜ। ਅਸੀਂ ਕਹਿੰਦੇ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਲੇਮੀ ਰਾਜ ਜੀਓ। ਅਸੀਂ ਜਦੋਂ ਹਲੇਮੀ ਰਾਜ ਦੀ ਗੱਲ ਕਰਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਕਿ ਸਿੱਖ ਰਾਜ ਦੇ ਵਿੱਚ ਮੁਸਲਮਾਨ ਦੁਖੀ ਹੋਵੇਗਾ। ਅਸੀਂ ਇਸ ਰਾਜ ਦੇ ਵਿੱਚ ਇਹ ਨਹੀਂ ਕਹਿੰਦੇ ਕਿ ਸਿੱਖ ਰਾਜ ਦੇ ਵਿੱਚ ਹਿੰਦੂ ਦੁਖੀ ਹੋਵੇਗਾ। ਅਸੀਂ ਕਹਿੰਦੇ ਕਿ ਸਾਡਾ ਜਿਹੜਾ ਹਲੇਮੀ ਕਨਸੈਪਟ ਹੈ ਉਹ ਸਾਰਿਆਂ ਦੇ ਵਾਸਤੇ ਬਰਾਬਰ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸ ਦੀ ਮਿਸਾਲ ਹੈ। ਹਿੰਦੂ ਵੀ ਵਜ਼ੀਰ ਨੇ, ਮੁਸਲਮਾਨ ਵੀ ਵਜ਼ੀਰ ਨੇ, ਯੂਰਪੀਅਨ ਵੀ ਵਜ਼ੀਰ ਨੇ, ਫਰੈਂਚ ਵੀ ਵਜ਼ੀਰ ਨੇ, ਗੋਰੇ ਵੀ ਵਜ਼ੀਰ ਨੇ, ਕਾਲੇ ਵੀ ਵਜ਼ੀਰ ਨੇ,
ਧਰਮ ਦੇ ਨਾਮ ਦੇ ਉੱਪਰ ਕਿਸੇ ਨਾਲ ਕੋਈ ਵਿਤਕਰਾ ਨਹੀਂ, ਕਿਉਂਕਿ ਸਾਡੇ ਗੁਰੂ ਪਾਤਸ਼ਾਹ ਨੇ ਕਿਹਾ ਸਭੇ ਸਾਂਝੀ ਵਾਸ ਦਾਇਨ, ਤੂੰ ਕਿਸੇ ਨਾ ਦੀਸੇ ਬਾਹਰ ਆ ਜੀਓ। ਇਸ ਨੂੰ ਕਿਹਾ ਜਾਂਦਾ ਬਹੁ ਕੇਂਦਰਿਤ ਰਾਜ ਪ੍ਰਣਾਲੀ। ਇਹੀ ਸਾਡੀ ਵਿਚਾਰਧਾਰਾ ਦੀ ਜੰਗ ਹੈ। ਸਾਡੇ ਉੱਪਰ ਏਕਾ ਕੇਂਦਰਿਤ ਰਾਜ ਪ੍ਰਣਾਲੀ ਜੇ ਠੋਕੀ ਜਾਵੇ ਅਸੀਂ ਪ੍ਰਵਾਨ ਨਹੀਂ ਕਰਦੇ, ਕਿਉਂਕਿ ਸਾਡੀ ਜਿਹੜੀ ਰਾਜ ਪ੍ਰਣਾਲੀ ਹੈ ਬਹੁ ਕੇਂਦਰਿਤ ਹੈ। ਅਸੀਂ ਕਹਿੰਦੇ ਕਿ ਰਾਜ ਹਲੇਮੀ ਹੋਵੇ, ਰਾਜ ਬੇਗਮਪੁਰੇ ਵਰਗਾ ਹੋਵੇ, ਰਾਜ ਅਬਚਲ ਨਗਰ ਵਰਗਾ ਹੋਵੇ, ਪਰ ਸਭ ਸੁਖਾਲੀ ਉੱਠੀਆਂ। ਕਿਸੇ ਵਿਸ਼ੇਸ਼ ਦੇ ਵਾਸਤੇ ਕੋਈ ਵੱਖਰੇ ਅਧਿਕਾਰ ਰਾਖਵੇਂ ਨਾ ਹੋਣ, ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣ। ਇਹ ਸਾਡੀ ਰਾਜ ਪ੍ਰਣਾਲੀ ਹੈ। ਹੁਣ ਉਸ ਸਮੇਂ ਜਹਾਂਗੀਰ, ਜਿਸ ਦਾ ਪਹਿਲਾ ਨਾਮ ਨੂਰੂਦੀਨ ਸਲੀਮ ਹੈ, ਅਕਬਰ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਦਾ ਹੈ। ਆਪਣਾ ਨਾਮ ਲਿਖਾਉਂਦਾ ਹੈ ਜੰਨਤ ਮਕਾਮੀ ਨੂਰੂਦੀਨ ਸਲੀਮ ਜਹਾਂਗੀਰ, ਲਕਬ ਇਸ ਦਾ ਬਣ ਜਾਂਦਾ ਹੈ। ਵਿਆਹ ਕਰਾਉਂਦਾ ਹੈ ਕਿਸ ਦੇ ਨਾਲ ਜੀ? ਨੂਰ ਜਹਾਂ ਦੇ ਨਾਲ। ਨੂਰ ਜਹਾਂ ਦਾ ਪਹਿਲਾ ਨਾਮ ਬੇਹੋਰ ਨਿਸਾ, ਔਰ ਨੂਰ ਜਹਾਂ ਇਸਦੀ 22ਵੀਂ ਪਤਨੀ ਹੈ, ਪਹਿਲੀ ਦੂਜੀ ਵੀ ਨਹੀਂ। ਔਰ ਨੂਰ ਜਹਾਂ ਨੂੰ ਜਦੋਂ ਇਹ ਲੈ ਕੇ ਆਉਂਦਾ ਤੇ ਆਪਣੇ ਦੋਸਤ ਦੀ ਧਰਤੀ ਨੂੰ ਕੱਢ ਕੇ ਲੈ ਕੇ ਆਉਂਦਾ, ਨੂਰ ਜਹਾਂ ਇਸਦੇ ਦੋਸਤ ਸ਼ੇਰ ਅਫਗਨ ਖਾਨ ਦੀ ਪਤਨੀ ਸੀ, ਉਸਦਾ ਕਤਲ ਕਰਕੇ ਉਸਦੀ ਪਤਨੀ ਨੂੰ ਲੈ ਕੇ ਆਉਂਦਾ। ਇਸਦਾ ਮਤਲਬ ਕਿ ਇੰਨੇ ਇੱਕ ਕਿਰਦਾਰ ਦਾ ਮਾਲਕ ਹੈ ਜਹਾਂਗੀਰ। ਤੇ ਜਦੋਂ ਅਕਬਰ ਨੇ ਦੀਨੇ ਇਲਾਹੀ ਸ਼ੁਰੂ ਕੀਤਾ ਸੀ ਤੇ ਉਸ ਵੇਲੇ ਇਸਲਾਮ ਦੇ ਵਿੱਚ ਸੂਫੀਆਂ ਦਾ ਇੱਕ ਸਿਲਸਿਲਾ ਸੀ, ਉਸਨੂੰ ਕਿਹਾ ਜਾਂਦਾ ਨਕਸ਼ਬੰਦੀ। ਨਕਸ਼ਬੰਦੀਆਂ ਨੇ ਕਿਹਾ ਕਿ ਜੇਕਰ ਇਸਲਾਮ ਦਾ ਰਾਜ ਲੈ ਕੇ ਆਉਣਾ ਹੈ ਨਾ ਤੇ ਸਾਨੂੰ ਤਲਵਾਰ ਦੇ ਜ਼ੋਰ ਨਾਲ ਫੈਲਾਉਣਾ ਪਵੇਗਾ। ਪਰ ਅਕਬਰ ਦੇ ਦਰਬਾਰ ਦੇ ਵਿੱਚ ਜ਼ਿਆਦਾ ਚੱਲ ਨਹੀਂ ਸਕੇ, ਕਿਉਂਕਿ ਅਕਬਰ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਵੀ ਆਉਂਦਾ ਰਿਹਾ। ਅਕਬਰ ਨੇ ਬੀੜ ਬਾਬਾ ਬੁੱਢਾ ਸਾਹਿਬ ਗੁਰੂ ਦੇ ਨਾਮ, ਮਾਤਾ ਭਾਨੀ ਜੀ ਦੇ ਨਾਮ, ਬੀਬੀ ਭਾਨੀ ਜੀ ਦੇ ਨਾਮ ਜ਼ਗੀਰ ਵੀ ਲਗਾਈ। ਸੋ ਅਕਬਰ ਦੇ ਸਮੇਂ ਇਹ ਪਾਲਿਸੀ ਚੱਲ ਨਾ ਸਕੀ। ਜਹਾਂਗੀਰ ਜਦੋਂ ਤਖ਼ਤ ਦੇ ਉੱਪਰ ਬੈਠਾ ਤੇ ਉਸਦੇ ਆਲੇ ਦੁਆਲੇ ਇਹ ਸਾਰੇ ਨਕਸ਼ਬੰਦੀ ਜਿਹੜੇ ਬੜੇ ਕੱਟੜ ਸ਼ਰ੍ਹਾਂ ਦੇ ਮਾਲਕ ਸੀ। ਇਹਨਾਂ ਦਾ ਜਿਹੜਾ ਆਗੂ ਸੀ ਉਹ ਪਿੱਛੋਂ ਰਹਿਣ ਵਾਲਾ ਸੀ ਤੁਰਾਨ, ਉਸਦਾ ਨਾਮ ਸੀ ਮੁਹੰਮਦ ਬਾਕੀ ਬਿੱਲਾ। ਮੁਹੰਮਦ ਬਾਕੀ ਬਿੱਲਾ ਨੇ ਇਹ ਗੱਲ ਜਹਾਂਗੀਰ ਦੇ ਕੰਨਾਂ ਦੇ ਵਿੱਚ ਪੱਕੀ ਕਰ ਦਿੱਤੀ ਕਿ ਜੇਕਰ ਹਿੰਦੁਸਤਾਨ ਦੇ ਉੱਪਰ ਰਾਜ ਕਰਨਾ ਹੈ ਤੇ ਬਾਕੀ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਦੀਨੇ ਇਸਲਾਮ 'ਚ ਲਿਆਉਣਾ ਪਵੇਗਾ। ਜਿਹੜਾ ਇੱਕ ਸਾਧਨ ਬਣਿਆ ਕਿ ਜਹਾਂਗੀਰ ਤੱਕ ਇਹ ਗੱਲਾਂ ਇੰਨੀਆਂ ਪਹੁੰਚੀਆਂ ਕਿਵੇਂ ਨੇ? ਜਹਾਂਗੀਰ ਦਾ ਇੱਕ ਬੜਾ ਮਸ਼ਹੂਰ ਜਰਨੈਲ ਸੀ ਜਿਸ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਸਦਾ ਨਾਮ ਸੀ ਸ਼ੇਖ ਫਰੀਦ ਬੁਖਾਰੀ। ਸ਼ੇਖ ਫਰੀਦ ਬੁਖਾਰੀ ਮੁਹੰਮਦ ਬਾਕੀ ਬਿੱਲਾ ਦਾ ਚੇਲਾ ਸੀ। ਮੁਹੰਮਦ ਬਾਕੀ ਬਿੱਲਾ ਸ਼ੇਖ ਫਰੀਦ ਬੁਖਾਰੀ ਦੇ ਰਾਹੀਂ, ਕਿਉਂਕਿ ਉਹ ਜਹਾਂਗੀਰ ਦੇ ਨੇੜੇ ਸੀ, ਉਸਦੇ ਰੋਜ਼ ਕੰਨ ਭਰਦਾ ਕਿ ਜੇਕਰ ਹਿੰਦੁਸਤਾਨ ਦੇ ਵਿੱਚ ਇਸਲਾਮ ਦੇ ਰਾਜ ਨੂੰ ਕਾਇਮ ਕਰਨਾ ਹੈ ਤੇ ਫਿਰ ਸਾਨੂੰ ਬਾਕੀ ਧਰਮ ਤੇ ਧਰਮਾਂ ਦੀ ਚੱਲ ਰਹੀ ਵਿਚਾਰਧਾਰਾ ਨੂੰ ਖਤਮ ਕਰਨਾ ਪਵੇਗਾ। ਉਧਰੋਂ ਇਹਨਾਂ ਦਾ ਨਕਸ਼ਬੰਦੀਆਂ ਦਾ ਇੱਕ ਹੋਰ ਆਗੂ ਹੈ, ਉਸਦਾ ਨਾਮ ਹੈ ਸ਼ੇਖ ਅਹਿਮਦ ਸਰਹੰਦੀ। ਇਹ ਵੀ ਪਿੱਛੋਂ ਤੁਰਾਨ ਦਾ ਰਹਿਣ ਵਾਲਾ ਸੀ, ਜੰਮੂ ਕਸ਼ਮੀਰ ਦੇ ਇੱਕ ਸਕਾਲਰ ਦੇ ਕੋਲੋਂ ਹੋਇਆ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਇਸਨੇ ਸਟੱਡੀ ਕੀਤੀ ਸੀ ਇਸਲਾਮਿਕ ਆਈਡੀਆਲੋਜੀ। ਉਸ ਇਸਲਾਮਿਕ ਆਈਡੀਆਲੋਜੀ ਦੇ ਉੱਪਰ ਸਟੱਡੀ ਕਰਨ ਤੋਂ ਬਾਅਦ ਇਸ ਨੇ ਆਪਣੇ ਆਪ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਰੱਬਾਨੀ ਹਾਂ, ਇਮਾਮ ਰੱਬਾਨੀ। ਹੁਣ ਇਮਾਮ ਰੱਬਾਨੀ ਕੀ ਹੈ? ਹੁਣ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਇਸ ਦੇ ਪਿਤਾ ਦਾ ਨਾਮ ਸੀ ਮੁਹੰਮਦ ਅਹਿਦ। ਕੁਝ ਕਿਤਾਬਾਂ ਦੇ ਵਿੱਚ ਅਹਿਮਦ ਅਹਿਦ ਵੀ ਆਉਂਦਾ ਹੈ।
ਔਰ ਸ਼ੇਖ ਅਹਿਮਦ ਸਰਹੰਦੀ ਦੀ ਇੱਕ ਕਿਤਾਬ ਬੜੀ ਮਸ਼ਹੂਰ ਹੈ ਜਿਸ ਦਾ ਨਾਮ ਹੈ ਮਕਤੂਬਾਤ ਇਮਾਮ ਰਬਾਨੀ। ਇਹ ਕਿਤਾਬ 4 ਭਾਸ਼ਾਵਾਂ ਦੇ ਵਿੱਚ ਅਵੇਲੇਬਲ ਹੈ, ਅਰਬੀ ਦੇ ਵਿੱਚ, ਤੁਰਕੀ ਦੇ ਵਿੱਚ, ਫਾਰਸੀ ਦੇ ਵਿੱਚ ਅਤੇ ਇੰਗਲਿਸ਼ ਦੇ ਵਿੱਚ। ਇਹਦਾ ਇੱਕ ਖਰੜਾ ਜਿਹੜਾ ਹੈ ਲਿਬਨਾਨ ਦੇ ਵਿੱਚ ਪਿਆ ਹੈ, ਇੱਕ ਖਰੜਾ ਇਸ ਦਾ ਕਰਾਚੀ ਦੇ ਵਿੱਚ ਪਿਆ ਹੈ, ਇੱਕ ਖਰੜਾ ਮਦੀਨੇ ਪਿਆ ਹੈ ਅਤੇ ਇੱਕ ਖਰੜਾ ਯੂਨੀਵਰਸਿਟੀ ਆਫ ਕੋਲੰਬੀਆ ਅਮੈਰੀਕਾ ਦੇ ਵਿੱਚ ਪਿਆ ਹੈ। ਇਸ ਕਿਤਾਬ ਦੇ ਵਿੱਚ ਇਹ ਲੋਕਾਂ ਨੂੰ ਚਿੱਠੀਆਂ ਦੇ ਰਾਹੀਂ, ਮਕਤੂਬਾਤ ਦਾ ਮਤਲਬ ਹੈ ਲਿਖੀਆਂ ਹੋਈਆਂ ਚਿੱਠੀਆਂ, ਇਮਾਮ ਰਬਾਨੀ ਦੀਆਂ ਚਿੱਠੀਆਂ, ਉਹਨਾਂ ਚਿੱਠੀਆਂ ਦੇ ਵਿੱਚ ਇਹ ਆਮ ਮੁਸਲਮਾਨਾਂ ਨੂੰ ਸ਼ਰ੍ਹਾਂ ਦੇ ਬਾਰੇ ਦੱਸਦਾ ਹੈ ਕਿ ਮੈਂ ਸੁਪਨੇ ਦੇ ਵਿੱਚ ਮਹਿਸੂਸ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਇਸਲਾਮ ਤਾਂ ਕਾਇਮ ਰਹਿ ਸਕਦਾ ਹੈ ਜੇ ਬਾਕੀ ਧਰਮ ਗੁਰੂ ਨੇ ਉਹਨਾਂ ਦਾ ਕਤਲ ਕੀਤਾ ਜਾਵੇ ਅਤੇ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਦੀਨੇ ਇਸਲਾਮ ਦੇ ਵਿੱਚ ਲਿਆਂਦਾ ਜਾਵੇ। ਹੁਣ ਬਾਕੀ ਲੋਕਾਂ ਨੂੰ ਦੀਨੇ ਇਸਲਾਮ 'ਚ ਲਿਆਉਣ ਦੇ ਵਾਸਤੇ ਰਾਹ ਹੈ ਇੱਕ, ਕਿਉਂਕਿ ਹੁਣ ਜੇ ਤੁਸੀਂ ਕਿਸੇ ਸਿੱਧਾ ਹਿੰਦੂ ਨੂੰ ਜਾਂ ਕਿਸੇ ਸਿੱਖ ਨੂੰ ਕਹੋ ਕਿ ਉਹ ਦੀਨੇ ਇਸਲਾਮ 'ਚ ਆ ਜਾਵੇ, ਉਹ ਨਹੀਂ ਆਵੇਗਾ ਕਿਉਂਕਿ ਉਹ ਮਸਜਿਦ ਦੇ ਵਿੱਚ ਜਾ ਹੀ ਨਹੀਂ ਸਕਦਾ, ਖਾਸ ਕਰਕੇ ਬੀਬੀਆਂ ਮਸਜਿਦ ਦੇ ਵਿੱਚ ਨਹੀਂ ਜਾ ਸਕਦੀਆਂ। ਸੋ ਉਹਨਾਂ ਦੇ ਵਾਸਤੇ ਇੱਕ ਸੌਫਟ ਕਾਰਨਰ ਰੱਖੀ ਗਈ, ਇੱਕ ਸੌਖਾ ਰਾਹ ਰੱਖਿਆ ਗਿਆ, ਉਹ ਰਾਹ ਸੀ ਸਖੀ ਸਰਵਰ ਮੱਤ। ਸਖੀ ਸਰਵਰ ਮੱਤ ਦੇ 2 ਕੇਂਦਰ ਸੀ ਪੰਜਾਬ ਦੇ ਸਭ ਤੋਂ ਵੱਡੇ, ਇੱਕ ਤਾਂ ਭਾਈ ਮੱਝ ਦੇ ਪਿੰਡ ਕੰਗਮਾਈ ਦੇ ਵਿੱਚ ਅਤੇ ਦੂਜਾ ਮਾਝੇ ਦੇ ਵਿੱਚ ਹੈ ਸ਼ੇਖ ਫੱਤਾ। ਆ ਸਾਡੇ ਲੋਕ ਮਾਝੇ ਵਾਲੇ ਜਦੋਂ ਮੱਝ ਸੂੰਦੀ ਹੈ ਨਾ ਉਦੋਂ ਖੀਰਾ ਲੈ ਕੇ ਸ਼ੇਖ ਫੱਤੇ ਜਾਂਦੇ ਨੇ, ਉਹ ਕਹਿੰਦੇ ਨੇ ਕਿ ਸਾਡੀਆਂ ਮੱਝਾਂ ਦੁੱਧ ਹੀ ਤਾਂ ਦਿੰਦੀਆਂ ਨੇ ਕਿ ਅਸੀਂ ਸ਼ੇਖ ਫੱਤੇ ਨੂੰ ਖੀਰ ਚੜਾਉਂਦੇ। ਔਰ ਸ਼ੇਖ ਫੱਤਾ ਜਿਹੜਾ ਸਖੀ ਸਰਵਰ ਮੱਤ ਹੈ ਉਹ ਗੁਰੂ ਘਰ ਦਾ ਵੱਡਾ ਵਿਰੋਧੀ ਹੈ, ਉਹਦੇ ਚੇਲੇ ਨੂਰਦੀਨ ਤੇ ਅਮੀਨ ਖਾਨ ਨੇ ਉਸ ਵੇਲੇ ਤਰਨ ਤਾਰਨ ਸਰੋਵਰ ਦੇ ਆਵੇ ਦੀਆਂ ਇੱਟਾਂ ਵੀ ਚੋਰੀ ਕਰਵਾ ਲਈਆਂ ਸੀ ਸਿੱਖਾਂ ਦੇ ਉਸ ਵਿਚਾਰਧਾਰਾ ਦਾ, ਏਡਾ ਵੱਡਾ ਦੁਸ਼ਮਣ ਤੇ ਸਿੱਖ ਖੀਰਾ ਲੈ ਕੇ ਜਾਂਦੇ ਨੇ। ਮੈਂ ਪਿੱਛੇ ਜੇ ਉਸ ਦੇ ਉੱਪਰ ਖੋਜ ਕਰ ਰਿਹਾ ਸੀ ਕਿ ਸਖੀ ਸਰਵਰ ਮੱਤ 1252 ਦੇ ਵਿੱਚ ਜਦੋਂ ਸੈਯਦ ਮੁਹੰਮਦ ਨੇ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਸ਼ੁਰੂ ਹੋਇਆ, ਕਿਸ ਤਰ੍ਹਾਂ ਲੋਕਾਂ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਂਦਾ ਸੀ, ਤੇ ਮੈਂ ਖੋਜ ਕਰਨ ਵਾਸਤੇ ਗਿਆ ਉੱਥੇ। ਅੰਮ੍ਰਿਤਧਾਰੀ ਬੀਬੀ ਹੱਥ ਦੇ ਵਿੱਚ ਖੀਰ ਲੈ ਕੇ ਖੜੀ, ਮੈਂ ਕਿਹਾ ਮਾਤਾ ਜੀ ਤੁਸੀਂ ਅੰਮ੍ਰਿਤਧਾਰੀ ਸਿਰ ਤੇ ਕੇਸਕੀ ਗੁਰਸਿੱਖ ਖੀਰ ਲੈ ਕੇ ਇੱਕ ਕਬਰ ਤੇ ਖੜੇ ਹੋ, ਕਿਉਂ ਚੜਾ ਰਹੇ ਹੋ? ਇਹ ਤੇ ਸਾਡੀ ਗੁਰੂ ਪਰੰਪਰਾ ਦਾ, ਗੁਰੂ ਵਿਚਾਰਧਾਰਾ ਦਾ ਵਿਰੋਧੀ ਸੀ, ਕਿਉਂ ਚੜਾ ਰਹੇ ਹੋ? ਉਹ ਕਹਿੰਦੀ ਹੈ ਕਿ ਜੇਕਰ ਅਸੀਂ ਇੱਥੇ ਖੀਰ ਨਾ ਚੜਾਈਏ ਸਾਡੀਆਂ ਮੱਝਾਂ ਤੇ ਦੁੱਧ ਹੀ ਨਹੀਂ ਦਿੰਦੀਆਂ। ਤੇ ਮੇਰੇ ਮਨ ਦੇ ਵਿੱਚ ਸਵਾਲ ਆਇਆ ਵੀ ਡੈਨਮਾਰਕ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਅਮਰੀਕਾ ਦੇ ਵਿੱਚ ਉਹਨਾਂ ਦੀਆਂ ਗਾਈਆਂ ਮੱਝਾਂ ਤੇ 60-60 ਕਿਲੋ ਦੁੱਧ ਦਿੰਦੀਆਂ ਨੇ, ਉਹ ਕਿਹੜੇ ਸ਼ੇਖ ਫੱਤੇ ਤੇ ਖੀਰ ਲੈ ਕੇ ਜਾਂਦੇ ਨੇ? ਉਹ ਕਿੱਥੇ ਖੀਰਾਂ ਚੜਾਉਂਦੇ ਨੇ? ਇਹ ਸਾਡੀ ਮਾਨਸਿਕਤਾ ਵਿੱਚ ਇਹ ਗੱਲਾਂ ਪਾ ਦਿੱਤੀਆਂ ਗਈਆਂ। ਸੋ ਸਖੀ ਸਰਵਰ ਜਿਹੜਾ ਮੱਤ ਹੈ ਉਹ ਇੱਕ ਸੌਫਟ ਕਾਰਨਰ ਸੀ, ਇੱਕ ਦਰਵਾਜ਼ਾ ਸੀ ਲੋਕਾਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਉਣ ਦਾ। ਉੱਥੇ ਕਵਾਲੀਆਂ ਵੀ ਗਾਈਆਂ ਜਾਂਦੀਆਂ ਸੀ, ਮਸਜਿਦ ਦੇ ਵਿੱਚ ਸੰਗੀਤ ਮਨਾ ਹੈ, ਉੱਥੇ ਕਿਸੇ ਵੀ ਧਰਮ ਦਾ ਬੰਦਾ ਆ ਕੇ ਮੱਥਾ ਟੇਕ ਸਕਦਾ ਸੀ, ਮਸਜਿਦ ਦੇ ਵਿੱਚ ਨਮਾਜ਼ ਪੜ੍ਹਨੀ ਪੈਂਦੀ ਹੈ, ਉੱਥੇ ਤੇਲ ਚੜਾਇਆ ਜਾਂਦਾ ਸੀ, ਰੋਟ ਚੜਾਇਆ ਜਾਂਦਾ ਸੀ, ਕਿਸੇ ਵੀ ਧਰਮ ਦਾ ਬੰਦਾ ਉੱਥੇ ਆ ਸਕਦਾ ਸੀ। ਪਹਿਲਾਂ ਲੋਕ ਹੌਲੀ ਹੌਲੀ ਉੱਥੇ ਆਉਂਦੇ ਸੀ, ਉੱਥੋਂ ਫਿਰ ਇਸਲਾਮ ਦੇ ਵਿੱਚ ਜਾਂਦੇ ਸੀ। ਇਹ ਸਖੀ ਸਰਵਰ ਮੱਤ ਤੋਂ ਨਕਸ਼ਬੰਦੀਆਂ ਦੇ ਵਿੱਚ ਲੈ ਕੇ ਜਾਣ ਦਾ ਇੱਕ ਦਰਵਾਜ਼ਾ ਸੀ ਸਖੀ ਸਰਵਰ ਮੱਤ। ਔਰ ਸਖੀ ਸਰਵਰ ਮੱਤ ਨੂੰ ਸਭ ਤੋਂ ਵੱਡੀ ਚੋਟ ਉਸ ਵੇਲੇ ਲੱਗੀ ਜਦੋਂ ਸਖੀ ਸਰਵਰ ਮੱਤ ਦਾ ਸਭ ਤੋਂ ਵੱਡਾ ਪ੍ਰਚਾਰਕ ਭਾਈ ਮੰਝ ਗੁਰੂ ਅਰਜਨ ਸਾਹਿਬ ਦਾ ਸਿੱਖ ਬਣ ਗਿਆ। ਜਾ ਤੇ ਰਿਹਾ ਸੀ ਨਿਗਾਹੇ, ਪਾਕਿਸਤਾਨ ਦੇ ਵਿੱਚ ਨਿਗਾਹਾ ਹੈ ਵਜ਼ੀਰਾਬਾਦ ਤੋਂ 22 ਕਿਲੋਮੀਟਰ ਦੂਰ, ਜਿਹਨੂੰ ਲੱਖਾਂ ਦਾ ਦਾਤਾ ਕਿਹਾ ਜਾਂਦਾ। ਸ਼ਾਇਦ ਤੁਹਾਡੇ ਵੀ ਇੱਥੇ ਕਬਰਾਂ ਬਣੀਆਂ ਹੋਣਗੀਆਂ ਲੱਖਾਂ ਦੇ ਦਾਤੇ ਦੀ ਕਬਰ, ਪੰਜਾਬ ਦੇ ਤਾਂ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ, ਸਾਡੇ ਪਿੰਡ ਵੀ ਹੈਗੀ ਹੈ।
ਮੈਂ ਹੈਰਾਨ ਰਹਿ ਜਾਂਦਾ ਕਿ ਜਿਹਦੀ ਕਬਰ ਹੈ ਉਹ ਤਾਂ ਵਜ਼ੀਰਾਬਾਦ, ਨਿਗਾਹ ਅਤੇ ਤੌਕਲ ਇਹਨਾਂ ਤਿੰਨ ਜਗ੍ਹਾ ਤੋਂ ਬਿਨਾਂ ਹੋਰ ਕਿਤੇ ਗਿਆ ਹੀ ਨਹੀਂ, ਸਾਡੇ ਪਿੰਡ ਕਿੱਥੋਂ ਆ ਗਿਆ? ਉਹਦੀ ਕਬਰ ਦੀ ਪੂਜਾ ਸਾਡੇ ਪਿੰਡ ਹੋ ਰਹੀ, ਸਾਡੇ ਇਲਾਕੇ 'ਚ ਆਇਆ ਨਹੀਂ, ਇਸ ਪੰਜਾਬ ਦੇ ਵਿੱਚ ਹੀ ਨਹੀਂ ਆਇਆ। ਉਹ ਵਜ਼ੀਰਾਬਾਦ ਅੱਜ ਪਾਕਿਸਤਾਨ ਦੇ ਵਿੱਚ ਉੱਧਰ ਰਿਹਾ, ਉੱਥੇ ਉਸਦੀ ਮੌਤ ਹੋ ਗਈ, ਉਹਦੀ ਪਤਨੀ ਬੀਬਾ ਬਾਈ ਦੀ ਕਬਰ ਵੀ ਉੱਥੇ ਹੈ, ਅਤੇ ਸਾਡੇ ਸਿੱਖ ਕਬਰਾਂ ਨੂੰ ਮੱਥਾ ਟੇਕੀ ਜਾਂਦੇ। ਸੋ ਭਾਈ ਮੰਚ ਧੋਕਲ ਜਾ ਰਿਹਾ, ਰਸਤੇ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ, ਸੰਗੀਆਂ ਦੇ ਨਾਲ ਰੁਕ ਗਿਆ ਅੰਮ੍ਰਿਤਸਰ, ਜਿੱਥੇ ਅੱਜ ਪੁਤਲੀ ਘਰ ਹੈ ਇੱਥੇ ਰੁਕਿਆ। ਜਦੋਂ ਰੁਕਿਆ ਤਾਂ ਕਿਸੇ ਨੇ ਦੱਸਿਆ ਕਿ ਸਿੱਖਾਂ ਦੇ ਗੁਰੂ ਨੇ ਇੱਥੇ, ਗੁਰੂ ਅਰਜਨ, ਉਹ ਇੱਥੇ ਸੇਵਾ ਕਰਵਾ ਰਹੇ ਨੇ ਹਰਿਮੰਦਰ ਸਾਹਿਬ ਦੀ। ਅਤੇ ਭਾਈ ਮੰਝ ਨੇ ਸੋਚਿਆ ਕਿ ਕੀ ਹਰਜਾ ਵੇਖਣ ਦੇ ਵਿੱਚ, ਬੇਸ਼ੱਕ ਮੈਂ ਇਸ ਧਰਮ ਨੂੰ ਨਹੀਂ ਮੰਨਦਾ, ਮੈਂ ਸਿੱਖ ਨਹੀਂ ਹਾਂ, ਮੈਂ ਸਖੀ ਸਰਵਰ ਮੱਤ ਦਾ ਉਪਾਸ਼ਕ ਹਾਂ, ਗੁਰੂ ਦੇ ਦਰਸ਼ਨ ਕਰਨ ਦੇ ਵਿੱਚ ਕੀ ਹਰਜ ਹੈ, ਵੇਖਿਆ ਤਾਂ ਜਾਵੇ। ਜਦੋਂ ਦਰਸ਼ਨ ਕਰਨ ਦੇ ਵਾਸਤੇ ਗਿਆ ਤਾਂ ਕੋਈ ਨਜ਼ਰ ਹੀ ਨਹੀਂ ਆ ਰਿਹਾ, ਇੱਥੇ ਸਿੱਖ ਹੀ ਸਿੱਖ ਨੇ, ਕੋਈ ਨਜ਼ਰ ਨਹੀਂ ਆ ਰਿਹਾ। ਇੱਕ ਸਿੱਖ ਨੂੰ ਪੁੱਛਦਾ, ਹੁਣ ਵੇਖਿਓ ਕੈਸਾ ਸੀ ਗੁਰੂ ਜਿਸ ਦਾ ਸ਼ਹੀਦੀ ਦਿਹਾੜਾ ਮਨਾ ਰਹੇ, ਉਹ ਗੁਰੂ ਕੈਸਾ ਸੀ? ਇੱਕ ਸਿੱਖ ਨੂੰ ਪੁੱਛਦਾ ਹੈ ਕਿ ਜਿਸ ਗੁਰੂ ਦੇ ਮੈਂ ਦਰਸ਼ਨ ਕਰਨ ਵਾਸਤੇ ਆਇਆ, ਗੁਰੂ ਅਰਜਨ ਹੈ ਕਿਹੜਾ, ਗੁਰੂ ਅਰਜਨ ਹੈ ਕੌਣ? ਸਿੱਖ ਨੇ ਇਸ਼ਾਰਾ ਕੀਤਾ, ਕਾਬਲ ਦੀ ਸੰਗਤ ਆਈ ਹੈ ਤੇ ਉਹ ਬੈਠੇ ਜਿਹੜੇ ਸੰਗਤ ਦੇ ਜੋੜੇ ਝਾੜ ਰਹੇ ਨੇ ਉਹ ਗੁਰੂ ਅਰਜਨ ਸਾਹਿਬ ਨੇ। ਹੁਣ ਖਿਆਲ ਕਰਿਓ ਗੁਰੂ ਸਾਹਿਬ ਦੀ ਸ਼ਖੀਅਤ ਕੈਸੀ ਸੀ। ਕਹੋ ਹਾਂ ਕਿਤੇ ਅੱਜ ਦੇ ਡੇਰਾਦਾਰ ਨੂੰ, ਕਿਤੇ ਸਾਧ ਨੂੰ ਕਿ 2 ਮਿੰਟ ਗਰਮੀ ਦੇ ਵਿੱਚ ਬਾਹਰ ਬਹਿ ਜਾ, ਏਸੀ ਤੋਂ ਬਾਹਰ ਨਹੀਂ ਨਿਕਲਣਗੇ, ਤੇ ਗੁਰੂ ਕਾਬਲ ਤੋਂ ਆਈ ਸੰਗਤ ਦੇ ਜੋੜੇ ਝਾੜ ਰਿਹਾ। ਭਾਈ ਮੰਝ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਸਾਡੀਆਂ ਕਬਰਾਂ ਦੇ ਮਜ਼ਾਵਰ ਤਾਂ ਬਾਹਰ ਨਿਕਲਦੇ ਨਹੀਂ ਤੇ ਗੁਰੂ ਸੰਗਤ ਦੀ ਸੇਵਾ ਕਰ ਰਿਹਾ, ਸਾਡੇ ਸਾਧ ਬੈਠੇ ਤਾਂ ਆਪਣੇ ਗੋਡੇ ਘਟਾ ਰਹੇ ਹੁੰਦੇ। ਤੁਸੀਂ ਵੇਖ ਲਈਓ ਕਿੰਨੀਆਂ ਵੀਡੀਓਜ਼ ਆਉਂਦੀਆਂ ਨੇ, ਔਰ ਮੇਰੀ ਉਹ ਭੈਣੋ ਕਸੂਰਵਾਰ ਵੀ ਅਸੀਂ ਹਾਂ, ਹੋਰ ਕਿਸੇ ਨੂੰ ਕਸੂਰ ਤਾਂ ਕੀ ਕਹਿਣਾ, ਦੋਸ਼ੀ ਵੀ ਅਸੀਂ ਹਾਂ। ਅਸੀਂ ਇਹਨਾਂ ਲੋਕਾਂ ਨੂੰ ਸਿਰ ਚੜਾ ਦਿੱਤਾ, ਸ਼ਬਦ ਛੱਡ ਕੇ ਦੇਹਾਂ ਦੇ ਪਿੱਛੇ ਲੱਗ ਗਏ। ਖੈਰ, ਭਾਈ ਮੰਝ ਨੇ ਜਦੋਂ ਵੇਖਿਆ ਕਿ ਗੁਰੂ ਸਾਹਿਬ ਦੀ ਸ਼ਖਸੀਅਤ ਅਸੀਂ ਹੱਥ ਜੋੜ ਕੇ ਕੋਲ, ਤੇ ਹੱਥ ਜੋੜ ਕੇ ਪਤਾ ਕੀ ਕਹਿੰਦਾ, ਕਹਿੰਦਾ ਪਾਤਸ਼ਾਹ ਮੇਰੀ ਝੋਲੀ 'ਚ ਸਿੱਖੀ ਪਾ ਦਿਓ, ਹੁਣ ਮੈਂ ਤੁਹਾਡੇ ਕੋਲ ਸਿੱਖੀ ਦੀ ਦਾਤ ਲੈਣੀ ਹੈ। ਤੇ ਪਾਤਸ਼ਾਹ ਨੇ ਜਵਾਬ ਪਤਾ ਕੀ ਕਿਹਾ, ਸੁਣ ਕੇ ਸ੍ਰੀ ਅਰਜਨ ਫਰਮਾਇਓ, ਆਪਣੇ ਗੁਰੂ ਤੈ ਤੁਰਕ ਬਣਾਇਓ, ਤੁਰਕਨ ਕੇ ਤੁਮ ਰਹੇ, ਇੱਤ ਗੁਰ ਸਿੱਖੀ ਦੁਰਲਭ ਹੈ। ਕਹਿੰਦੇ ਭਾਈ ਮੰਝ, ਤੂੰ ਤੇ ਤੁਰਕ ਨੂੰ, ਤੂੰ ਤੇ ਸਖੀ ਸਰਵਰ ਨੂੰ ਆਪਣਾ ਗੁਰੂ ਬਣਾਇਆ, ਤੇ ਮੈਂ ਤੇਰੀ ਸਿੱਖੀ ਦੇ ਉੱਪਰ ਸਿੱਖੀ ਕਿਵੇਂ ਟਿਕਾ ਦਿਆਂ? ਤੁਸੀਂ ਵੇਖਦੇ ਹੋ ਨਾ, ਸਾਡੀਆਂ ਬੀਬੀਆਂ ਦੁੱਧ ਲੈ ਕੇ ਆਉਂਦੀਆਂ ਹੁੰਦੀਆਂ ਸੀ, ਇੱਕ ਬਰਤਨ ਦੇ ਉੱਪਰ ਦੂਜਾ ਬਰਤਨ, ਦੂਜੇ ਬਰਤਨ ਦੇ ਉੱਪਰ ਤੀਜਾ ਬਰਤਨ ਸਿਰ ਤੇ ਟਿਕਾਇਆ ਹੁੰਦਾ ਸੀ। ਗੁਰੂ ਸਾਹਿਬ ਨੇ ਇਹੀ ਉਦਾਹਰਣ ਦਿੱਤੀ ਕਿ ਮੈਂ ਇੱਕ ਬਰਤਨ ਦੇ ਉੱਪਰ ਦੂਜਾ ਬਰਤਨ ਕਿਵੇਂ ਟਿਕਾ ਦਿਆਂ? ਜੇ ਗੁਰੂ ਨਾਨਕ ਦੇ ਦਰ ਦੀ ਸਿੱਖੀ ਲੈਣੀ ਹੈ ਨਾ, ਤੇ ਪਹਿਲੀ ਜਿਹੜੀ ਹੋਰ ਸਿੱਖੀ ਹੈ ਉਹਨੂੰ ਕੱਢ। ਅੱਜ ਸਾਡਾ ਸੁਭਾਅ ਇਹੀ ਬਣ ਗਿਆ, ਅਸੀਂ ਵੀ ਕਈ ਸਿੱਖੀਆਂ ਟਿਕਾਈ ਫਿਰਦੇ ਆਪਣੇ ਮਨ ਦੇ ਵਿੱਚ, ਸਾਰਿਆਂ ਨੂੰ ਬਾਹਰ ਮੱਥਾ ਵੀ ਟੇਕ ਆਉਂਦੇ, ਫਲਾਣਾ ਕਿਤੇ ਨਾਰਾਜ਼ ਨਾ ਹੋ ਜੇ, ਕਿਤੇ ਮਸਜਿਦ ਵਾਲਾ ਨਾਰਾਜ਼ ਨਾ ਹੋ ਜੇ, ਕਿਤੇ ਪੀਰਖਾਨੇ ਵਾਲਾ ਨਾਰਾਜ਼ ਨਾ ਹੋ ਜੇ, ਕਿਤੇ ਕੋਈ ਬਾਬਾ ਨਾਰਾਜ਼ ਨਾ ਹੋ ਜੇ, ਕਿਤੇ ਮੰਦਰ ਵਾਲਾ ਨਾਰਾਜ਼ ਨਾ ਹੋ ਜੇ, ਪਰ ਇੱਥੇ ਆ ਕੇ ਪਤਾ ਕੀ ਕਹਿੰਦੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ। ਮੰਨਦੇ ਨੇ, ਕਹਿੰਦੇ ਆ ਜ਼ਰੂਰ ਮੰਨਦੇ ਨੇ, ਜੇ ਮੰਨੀਏ ਤਾਂ ਦੂਜੀ ਸਿੱਖੀ ਮਨ 'ਚ ਆ ਹੀ ਨਹੀਂ ਸਕਦੀ, ਕਿਉਂਕਿ ਗੁਰੂ ਦਾ ਹੁਕਮ ਹੈ ਨਾ ਸਭ ਸਿੱਖਣ ਕੋ, ਨਾ ਇਹ ਬੇਨਤੀ ਹੈ, ਨਾ ਇਹ ਗੁਰੂ ਸਾਹਿਬ ਦਾ ਕੋਈ ਵਿਚਾਰ ਹੈ, ਇਹ ਤਾਂ ਹੁਕਮ ਹੈ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ, ਹੁਕਮ ਦੇ ਪਾਬੰਦ ਰਹਿਣਾ ਪਵੇਗਾ ਸਾਨੂੰ, ਅਸੀਂ ਕਿਉਂ ਕਿਸੇ ਹੋਰ ਦੇ ਅੱਗੇ ਸਿਰ ਚੁਕਾਈਏ? ਭਾਈ ਮੰਝ ਨੇ ਕਹਿ ਦਿੱਤਾ, ਪਾਤਸ਼ਾਹ ਹੁਣ ਮੈਂ ਤੁਹਾਡੇ ਹੁਕਮ ਦਾ ਪਾਬੰਦ ਹਾਂ, ਮੈਂ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਹੁਣ ਨਹੀਂ ਸਵੀਕਾਰ ਕਰਾਂਗਾ। ਤੇ ਫਿਰ ਮੇਰੇ ਕੀ ਕਿਹਾ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜੱਗ ਲੰਘਣ ਹਾਰਾ, ਮੰਝ ਨੂੰ ਗੱਲ ਦੇ ਨਾਲ ਲਾ ਲਿਆ।
ਭਾਈ ਮੰਚ ਤੇ ਸਿੱਖੀ ਦੇ ਵਿੱਚ ਆਉਣ ਦੇ ਨਾਲ ਸਖੀ ਸਰਵਰ ਮੱਤ ਨੂੰ ਸਭ ਤੋਂ ਵੱਡੀ ਚੋਟ ਪਹੁੰਚੀ ਤੇ ਫਿਰ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ ਇਹ ਹੱਜ ਦੇ ਵਾਸਤੇ ਜਾ ਰਿਹਾ ਸੀ, ਦਿੱਲੀ ਰੁਕਿਆ। ਇਸ ਦਾ ਜਿਹੜਾ ਮਿਲਾਪ ਹੈ ਉਹ ਬਾਕੀ ਬਿੱਲਾ ਦੇ ਨਾਲ ਹੋਇਆ। ਬਾਕੀ ਬਿੱਲਾ ਵੀ ਇਹੀ ਚਾਹੁੰਦਾ ਸੀ ਕਿ ਬਾਕੀ ਧਰਮਾਂ ਨੂੰ ਖਤਮ ਕੀਤਾ ਜਾਵੇ, ਸ਼ੇਖ ਅਹਿਮਦ ਸਰਹੰਦੀ ਵੀ ਇਹੀ ਚਾਹੁੰਦਾ ਸੀ। ਔਰ ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਇਹ ਜਿਹੜਾ ਨਕਸ਼ਬੰਦੀ ਸਿਲਸਿਲਾ ਹੈ, ਇਹ ਹਮੇਸ਼ਾ ਤੋਂ ਗੁਰੂ ਘਰ ਦਾ ਵਿਰੋਧੀ ਰਿਹਾ। ਗੁਰੂ ਅਰਜਨ ਸਾਹਿਬ ਤੋਂ ਲੈ ਕੇ ਮੈਂ ਅਨੇਕਾਂ ਮਸਾਲਾ ਦੇ ਸਕਦਾ। ਜਿਹੜਾ ਸ਼ਾਹਜਹਾਨ ਦਾ ਸਲਾਹਕਾਰ ਸੀ ਉਹ ਇਹਦਾ ਬੇਟਾ ਸੀ, ਸ਼ੇਖ ਅਹਿਮਦ ਸਰਹੰਦੀ ਦਾ ਉਹ ਇਸਦਾ ਬੇਟਾ ਸੀ। ਜਿਹੜਾ ਸੈਫੁਦੀਨ ਔਰੰਗਜ਼ੇਬ ਦਾ ਸਲਾਹਕਾਰ ਸੀ ਉਹ ਇਸਦਾ ਪੋਤਰਾ ਸੀ। ਜਮਸ਼ੇਦ ਖਾਨ ਜਿਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਕਟਾਰ ਦਾ ਹਮਲਾ ਕੀਤਾ ਉਹ ਇਹਦਾ ਚੇਲਾ ਸੀ, ਤੇ ਲੱਲਾ ਬੇਗ ਜਿਹੜਾ ਜਿਸਨੇ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਹਮਲਾ ਕੀਤਾ ਸੀ ਉਹ ਵੀ ਇਸਦਾ ਮਰੀਦ ਸੀ। ਨਕਸ਼ਬੰਦੀ ਜਿਹੜੇ ਨੇ ਇਹ ਗੁਰੂ ਘਰ ਦੇ ਵਿਰੋਧੀ ਰਹੇ ਨੇ। ਦੂਜੇ ਪਾਸੇ ਚਿਸ਼ਤੀ, ਸਾਬਰੀ, ਨਿਜ਼ਾਮੀ ਤੇ ਕਾਦਰੀ ਜਿਹੜੇ ਇਹ ਸਿਲਸਿਲੇ ਸੂਫੀ ਮੱਤ ਦੇ, ਜਿਨ੍ਹਾਂ 'ਚੋਂ ਸਾਈਂ ਮੀਆਂ ਮੀਰ ਜੀ, ਭੀਖਣ ਸ਼ਾਹ ਜੀ, ਪੀਰ ਬੁੱਧੂ ਸ਼ਾਹ ਜੀ, ਇਹ ਸਿਲਸਿਲੇ ਗੁਰੂ ਘਰ ਦੇ ਸ਼ਰਧਾਲੂ ਰਹੇ ਨੇ। ਨਕਸ਼ਬੰਦੀ ਔਰ ਸਖੀ ਸਰਵਰ ਮੱਤ ਜਿਹੜਾ ਸੀ ਇਹ ਵਿਰੋਧੀ। ਹੁਣ ਉਸ ਵੇਲੇ ਜਹਾਂਗੀਰ ਤੱਕ ਇਹ ਖਬਰ ਪਹੁੰਚਾ ਦਿੱਤੀ ਗਈ। ਉਸ ਖਬਰ ਦੇ ਵਿੱਚ ਕਿਹਾ ਗਿਆ ਕਿ ਸ਼ੇਖ ਅਹਿਮਦ ਸਰਹੰਦੀ ਨੂੰ ਸੁਪਨਾ ਆਇਆ ਕਿ ਜਿੰਨਾ ਚਿਰ ਗੋਇੰਦਵਾਲ ਕੰਢੇ ਵਾਸਤੇ ਇਸ ਕਾਫਰ ਦਾ ਸਿਰ ਨਹੀਂ ਕੱਟਿਆ ਜਾਂਦਾ, ਇਸਲਾਮ ਦਾ ਪ੍ਰਚਾਰ ਨਹੀਂ ਹੋ ਸਕਦਾ, ਤੇ ਇਸਲਾਮ ਦਾ ਜੇਕਰ ਪ੍ਰਚਾਰ ਕਰਨਾ ਹੈ ਤੇ ਮੈਨੂੰ ਮੁਜੱਦਦ ਅਲਫਥਾਨੀ ਸਵੀਕਾਰ ਕਰਨਾ ਪਵੇਗਾ। ਮੁਜੱਦਦ ਅਲਫਸਾਨੀ, ਮੁਜੱਦਦ ਕਿਹਾ ਜਾਂਦਾ ਇੰਗਲਿਸ਼ ਰਿਫੋਰਮਰ, ਅਲਫਥਾਨੀ 1000 ਸਾਲ ਬਾਅਦ। ਇਸਲਾਮ ਦੇ ਵਿੱਚ ਯਕੀਨ ਕੀਤਾ ਜਾਂਦਾ ਹੈ ਕਿ 1000 ਸਾਲ ਤੋਂ ਬਾਅਦ ਇਸਲਾਮ ਦੇ ਵਿੱਚ ਜਦੋਂ ਕਾਫੀ ਧਾਰਮਿਕ ਤੌਰ ਤੇ ਕਮਜ਼ੋਰੀਆਂ ਆ ਜਾਂਦੀਆਂ ਨੇ ਤਾਂ ਉਸ ਵੇਲੇ ਇੱਕ ਮੁਜੱਦਦ ਪੈਦਾ ਹੁੰਦਾ, ਰਿਫੋਰਮਰ ਪੈਦਾ ਹੁੰਦਾ। ਉਹ ਰਿਫੋਰਮਰ ਜਿਹੜਾ ਹੈ ਉਹ ਫਿਰ ਇਸਲਾਮ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਦਾ। ਇਸ ਸ਼ੇਖ ਅਹਿਮਦ ਸਰਹੰਦੀ ਨੇ ਕਿਹਾ ਕਿ ਮੈਂ ਮੁਜੱਦਦ ਅਲਫਥਾਨੀ ਹਾਂ, ਮੈਂ ਉਹ ਰਿਫਾਰਮਰ ਹਾਂ, ਮੈਂ ਉਹ ਮਸੀਹਾ ਹਾਂ, ਮੈਂ ਉਹ ਪੈਗੰਬਰ ਹਾਂ ਜਿਸ ਨੇ ਇਸਲਾਮ ਪ੍ਰਚਾਰ ਕਰਨਾ ਹੈ, ਪਰ ਇਹ ਪ੍ਰਚਾਰ ਤਾਂ ਹੋਵੇਗਾ ਜੇਕਰ ਪੰਜਾਬ ਦੀ ਧਰਤੀ ਦੇ ਉੱਪਰ ਗੋਇੰਦਵਾਲ ਸਿੱਖਾਂ ਦਾ ਕੇਂਦਰ ਖਤਮ ਕੀਤਾ ਜਾਵੇ। ਬਹਾਨਾ ਇੱਕ ਮਿਲ ਗਿਆ, ਕੁਦਰਤੀ ਜਹਾਂਗੀਰ ਦੇ ਬੇਟੇ ਉਹਦੇ ਦਾਵਤ ਕਰ ਦਿੱਤੀ। ਪਹਿਲਾਂ ਥਾਨੇਸਰ ਰੁਕਿਆ, ਥਾਨੇਸਰ ਤੋਂ ਬਾਅਦ ਉਹ ਪੰਜਾਬ ਆਇਆ। ਬੇਸ਼ੱਕ ਗੁਰੂ ਸਾਹਿਬ ਨੂੰ ਉਸਨੇ ਮੱਥਾ ਟੇਕਿਆ, ਕੁਝ ਸਰੋਤ ਕਹਿੰਦੇ ਨੇ ਕਿ ਮੱਥਾ ਨਹੀਂ ਟੇਕਿਆ, ਗੁਰੂ ਸਾਹਿਬ ਨੂੰ ਉਹ ਮਿਲਿਆ ਹੀ ਨਹੀਂ। ਜਦੋਂ ਉਹ ਗੋਇੰਦਵਾਲ ਆਇਆ ਗੁਰੂ ਸਾਹਿਬ ਤਰਨ ਤਾਰਨ ਸੀ। ਉਸ ਤੋਂ ਬਾਅਦ ਉਹ ਲਾਹੌਰ ਚਲਾ ਗਿਆ, ਲਾਹੌਰ ਦੇ ਲਾਗੇ ਜਾ ਕੇ ਉਸਨੂੰ ਮੁਰਤਜ਼ਾ ਖਾਨ, ਜਿਸਦਾ ਮੈਂ ਨਾਮ ਦੱਸਿਆ ਸ਼ੇਖ ਫਰੀਦ ਬੁਖਾਰੀ, ਉਸਨੇ ਉਸਨੂੰ ਗ੍ਰਿਫਤਾਰ ਕਰ ਲਿਆ। ਪਿੱਛੇ ਜਹਾਂਗੀਰ ਵੀ ਪੰਜਾਬ ਆ ਗਿਆ। ਜਿਨ੍ਹਾਂ ਵੀ ਖੁਸਰੋ ਦੀ ਮਦਦ ਕੀਤੀ ਸਾਰਿਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸ਼ੇਖ ਨਿਜ਼ਾਮ ਥਾਨੇਸਰੀ ਨੇ ਮਦਦ ਕੀਤੀ, ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਸਦੇ ਜਿਹੜੇ ਦੋ ਸਾਥੀ ਸੀ ਹਸਨ ਔਰ ਅਬਦੁੱਲਾ, ਉਹਨਾਂ ਨੂੰ ਗਊ ਔਰ ਖੋਤੇ ਦੇ ਚਮੜੇ ਦੇ ਵਿੱਚ ਮੜ ਕੇ ਉਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ। ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ। ਇਹ ਸਾਰੇ ਵਰਤਾਰੇ ਵਾਪਰ ਚੁੱਕੇ ਨੇ ਤੇ ਉਸ ਵੇਲੇ ਜਹਾਂਗੀਰ ਲਾਹੌਰ ਤੋਂ ਜਾ ਚੁੱਕਾ ਹੈ। ਜਦੋਂ ਮੁਰਤਜ਼ਾ ਖਾਨ ਨੂੰ ਇਹ ਚੁਗਲੀ ਫਿਰ ਕੀਤੀ ਹੈ ਕਾਨਾ, ਪੀਲੂ, ਛੱਜੂ ਔਰ ਹਸਨ ਨੇ, ਤੇ ਫਿਰ ਜਹਾਂਗੀਰ ਤੱਕ ਖਬਰ ਪਹੁੰਚਾਈ ਹੈ ਕਿ ਸਿੱਖਾਂ ਦੇ ਗੁਰੂ ਗੁਰੂ ਅਰਜਨ ਨੇ ਖੁਸਰੋ ਨੂੰ ਜਿੱਤ ਦਾ ਟਿੱਕਾ ਦਿੱਤਾ, ਜਦੋਂ ਕਿ ਟਿੱਕੇ ਦੀ ਸਾਡੇ ਧਰਮ 'ਚ ਮਰਿਆਦਾ ਨਹੀਂ। ਉਹਨੇ ਫਾਰਸੀ 'ਚ ਕਸ਼ਕਾ ਸ਼ਬਦ ਵਰਤਿਆ, ਕਸ਼ਕਾ ਟਿੱਕੇ ਨੂੰ। ਗੁਰੂ ਦਰਬਾਰ ਦੇ ਵਿੱਚ ਹਮਾਯੂ ਆਇਆ, ਗੁਰੂ ਸਾਹਿਬ ਨੇ ਟਿੱਕਾ ਨਹੀਂ ਲਾਇਆ। ਗੁਰੂ ਘਰ ਦੇ ਵਿੱਚ ਅਕਬਰ ਆਇਆ, ਕਿਸੇ ਨੂੰ ਟਿੱਕਾ ਨਹੀਂ ਲਾਇਆ। ਸਾਡੇ ਧਰਮ ਵਿੱਚ ਤਿਲਕ ਲਾਉਣ ਦੀ ਮਰਿਆਦਾ ਨਹੀਂ ਹੈ। ਇਹ ਬਿਲਕੁਲ ਝੂਠਾ ਇਲਜ਼ਾਮ ਲਗਾਇਆ ਗਿਆ ਕਿ ਖੁਸਰੋ ਨੂੰ ਗੁਰੂ ਅਰਜਨ ਸਾਹਿਬ ਨੇ ਤਿਲਕ ਲਾਇਆ। ਤੇ ਹੁਣ ਜਹਾਂਗੀਰ ਤੁਸਕੇ ਜਹਾਂਗੀਰ ਵਿੱਚ ਕੀ ਕਹਿੰਦਾ ਹੈ, ਕਹਿੰਦਾ ਮੈਂ ਬੜੇ ਚਿਰ ਤੋਂ ਸੋਚ ਰਿਹਾ ਸੀ ਕਿ ਇਸ ਦੁਕਾਨੇ ਬਾਤਲ ਨੂੰ, ਝੂਠ ਦੀ ਦੁਕਾਨ ਨੂੰ ਬੰਦ ਕਿਵੇਂ ਕੀਤਾ ਜਾਵੇ। ਤੇ
ਹੁਣ ਮੇਰੇ ਕੋਲ ਇਹ ਖਬਰ ਪਹੁੰਚੀ ਹੈ ਕਿ ਸਿੱਖਾਂ ਦੇ ਗੁਰੂ ਨੇ ਮੇਰੇ ਬਾਗੀ ਪੁੱਤਰ ਨੂੰ ਕਸ਼ਕਾ ਦੇ ਕੇ ਟਿੱਕਾ ਲਾ ਕੇ ਆਪਣੀ ਉਂਗਲੀ ਦੇ ਨਾਲ ਉਸ ਦੀ ਜਿੱਤ ਦੀ ਕਾਮਨਾ ਕੀਤੀ ਹੈ ਤੇ ਹੁਣ ਇਸ ਨੂੰ ਗ੍ਰਿਫਤਾਰ ਕਰਕੇ ਸਿਆਸਤ ਬਾਬਾ ਜਾਸਾ ਦੇ ਅਧੀਨ ਕਤਲ ਕਰ ਦਿੱਤਾ ਜਾਵੇ। ਹੁਣ ਗੱਲ ਇਹ ਹੈ, ਹੁਣ ਸਾਡੇ ਪ੍ਰਚਾਰਕਾਂ ਨੇ ਇੱਕ ਹੋਰ ਗੱਲ ਪੈਦਾ ਕਰ ਦਿੱਤੀ ਬਈ ਗਊ ਔਰ ਖੋਤੇ ਦੀ ਚਮੜੀ ਦੇ ਵਿੱਚ ਮੜਿਆ ਗਿਆ ਹੈ ਔਰ ਅਬਦੁੱਲਾ ਨੂੰ, ਉਸ ਗੱਲ ਨੂੰ ਗੁਰੂ ਸਾਹਿਬ ਦੇ ਨਾਲ ਜੋੜ ਲਿਆ ਗਿਆ। ਜਿਹੜਾ 2 ਲੱਖ ਦਾ ਜੁਰਮਾਨਾ ਸੀ ਉਹ ਇੱਕ ਡਾਕੂ ਰਾਜੂ ਔਰ ਅੰਬਾ ਨੂੰ ਕੀਤਾ ਗਿਆ, ਉਸ ਨੂੰ ਵੀ ਗੁਰੂ ਸਾਹਿਬ ਦੇ ਨਾਲ ਜੋੜ ਲਿਆ ਗਿਆ ਕਿਉਂਕਿ ਸਾਡੇ ਪ੍ਰਚਾਰਕ ਫਾਰਸੀ ਨਹੀਂ ਜਾਣਦੇ। ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਦੇ ਜੋੜ ਕੇ ਸਾਡੇ ਪ੍ਰਚਾਰਕਾਂ ਨੇ ਪਤਾ ਕੀ ਲਿਖ ਦਿੱਤਾ ਕਿ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਉਬਾਲਣ ਤੋਂ ਬਾਅਦ, ਗੁਰੂ ਸਾਹਿਬ ਨੂੰ ਦੇਗ ਦੇ ਵਿੱਚ ਉਬਾਲਣ ਤੋਂ ਬਾਅਦ, ਸਿਰ ਤੇ ਰੇਤਾ ਪਾਉਣ ਤੋਂ ਬਾਅਦ, ਜਦੋਂ ਗਊ ਦੀ ਖੱਲ ਦੇ ਵਿੱਚ ਮੜਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ ਤੇ ਉਦੋਂ ਗੁਰੂ ਸਾਹਿਬ ਨੇ ਕਿਹਾ ਮੈਂ ਰਾਵੀ ਦੇ ਕੰਢੇ ਤੇ ਜਾ ਕੇ ਇਸ਼ਨਾਨ ਕਰਨਾ ਚਾਹੁੰਦਾ। ਅੰਤਮ ਇੱਛਾ ਦੇ ਤੌਰ ਤੇ ਉਹ ਇਸ਼ਨਾਨ ਕਰਨ ਗਏ ਤੇ ਅਲੋਪ ਹੋ ਗਏ। ਕਿ ਗੁਰੂ ਸਾਹਿਬ ਨੇ ਤਸੀਹਾਂ ਤੋਂ ਡਰਦੇ ਆਤਮ ਹੱਤਿਆ ਕਰ ਲਈ? ਕਿੱਥੇ ਹਾਂ ਅਸੀਂ, ਕਿੱਥੇ ਸਾਡੀ ਵਿਚਾਰਧਾਰਾ? ਬਈ ਇਹ ਗਊ ਔਰ ਖੋਤੇ ਦੀ ਖੱਲ ਦੇ ਵਿੱਚ ਮੜਨ ਦੀ ਗੱਲ ਤਾਂ ਹਸਨ ਤੇ ਅਬਦੁੱਲਾ ਦੀ ਹੈ ਫਾਰਸੀ ਸਰੋਤਾਂ ਦੇ ਮੁਤਾਬਕ। ਗੁਰੂ ਸਾਹਿਬ ਨੂੰ ਤਾਂ ਉਹਨੇ ਸਪਸ਼ਟ ਹੁਕਮ ਕਰ ਦਿੱਤਾ ਹੈ ਕਿ ਅਮਰ ਕਰਦਮ ਕਿ ਊ ਰਾ ਬਾਬਾ ਸਿਆਸਤ ਬਾਬਾ ਯਾਸਲ ਕਤਲ ਸਾਰੀ, ਕਿ ਮੈਂ ਹੁਕਮ ਕਰਦਾ ਗੁਰੂ ਅਰਜਨ ਨੂੰ ਸਿਆਸਤ ਬਾਬਾ ਜਾਸਾ ਦੀ ਧਾਰਾ ਦੇ ਅਧੀਨ ਕਤਲ ਕਰ ਦਿੱਤਾ ਜਾਵੇ। ਹੁਣ ਇਹ ਧਾਰਾ ਕੀ ਹੈ? ਚੰਗੇਜ਼ ਖਾਨ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ। ਜਦੋਂ ਚੰਗੇਜ਼ ਖਾਨ ਮੰਗੋਲੀਆ ਦਾ ਰਾਜਾ ਬਣਿਆ ਤੇ 1252 ਦੇ ਵਿੱਚ ਉਸਨੇ ਆਪਣੇ ਆਪ ਨੂੰ ਖਾਨ ਅਖਵਾ ਕੇ, ਰਾਜਿਆਂ ਦਾ ਰਾਜਾ ਖਾਨ ਅਖਵਾ ਕੇ, ਉਸ ਨੇ ਆਪਣੀ ਇੱਕ ਕਾਨੂੰਨ ਦੀ ਕਿਤਾਬ ਬਣਾਈ। ਉਸ ਕਾਨੂੰਨ ਦੀ ਕਿਤਾਬ ਦਾ ਨਾਂ ਹੈ ਬਲੀਕ, ਜਿਹੜੀ ਮੰਗੋਲੀਅਨ ਲੈਂਗੁਏਜ ਦੇ ਵਿੱਚ ਹੈ। ਉਹਦੇ ਵਿੱਚ ਉਹਨੇ ਆਪਣੇ ਕਾਨੂੰਨ ਤੈਅ ਕੀਤੇ ਨੇ, ਉਹਨੇ ਦੰਡਾਵਲੀ ਤੈਅ ਕੀਤੀ ਹੈ, ਕ੍ਰਿਮੀਨਲ ਪ੍ਰੋਸੀਜਰ ਕੋਡ ਬਣਾਇਆ ਕਿ ਸਜ਼ਾ ਕਿਵੇਂ ਕਿਵੇਂ ਦੇਣੀ ਹੈ। ਉਹਨਾਂ ਸਜ਼ਾ ਦੇ ਵਿੱਚ ਇੱਕ ਸਜ਼ਾ ਹੈ ਸਿਆਸਤ ਬਾਬਾ ਜਾਸਾ, ਜਿਹੜੀ ਸਜ਼ਾ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਗਈ। ਉਸ ਸਜ਼ਾ ਦੇ ਵਿੱਚ ਕੀ ਹੈ? ਉਹ ਕਹਿੰਦਾ ਕਿ ਕੋਈ ਧਾਰਮਿਕ ਸ਼ਖਸੀਅਤ, ਜਿਹੜੇ ਉਹਨਾਂ ਦਾ ਧਰਮ ਸੀ ਉਹ ਸ਼ੈਂਬੀਅਨ ਸੀ ਮੰਗੋਲਾਂ ਦਾ, ਬਾਅਦ ਵਿੱਚ ਇਸਲਾਮ ਦੇ ਵਿੱਚ ਆਏ ਆ, ਉਹਨਾਂ ਦੇ ਧਾਰਮਿਕ ਗੁਰੂ ਨੂੰ ਬਿੱਕੀ ਕਿਹਾ ਜਾਂਦਾ ਸੀ, ਉੱਥੇ ਨੇ ਬਿੱਕੀ ਸ਼ਬਦ ਵਰਤਿਆ। ਕਹਿੰਦਾ ਕਿਸੇ ਐਸੇ ਧਾਰਮਿਕ ਪੁਰਸ਼ ਨੂੰ ਜੇਕਰ ਮੌਤ ਦੀ ਸਜ਼ਾ ਦੇਣੀ ਪੈ ਜਾਵੇ, ਖਾਸ ਕਰਕੇ ਉਹ ਪੁਰਸ਼ ਜਿਹਦੇ ਪੁਰਸ਼ ਦਾ ਧਾਰਮਿਕ ਪ੍ਰਚਾਰ ਤੁਹਾਡੀ ਰਾਜਨੀਤੀ 'ਤੇ ਅਸਰ ਕਰ ਰਿਹਾ ਹੋਵੇ। ਹੁਣ ਇਹਦਾ ਮਤਲਬ ਗੁਰੂ ਸਾਹਿਬ ਦਾ ਜਿਹੜਾ ਪ੍ਰਚਾਰ ਹੈ ਨਾ, ਉਹ ਹਿੰਦੁਸਤਾਨ ਦੀ ਰਾਜਨੀਤੀ ਦੇ ਉੱਪਰ ਅਸਰ ਕਰ ਰਿਹਾ ਹੈ। ਕਾਰਨ ਕਿੰਨਾ ਵੱਡਾ, ਅਸੀਂ ਰਿਸ਼ਤੇ ਦੇ ਨਾਲ ਜੋੜ ਦਿੱਤਾ, ਅਸੀਂ ਛੋਟੀਆਂ ਛੋਟੀਆਂ ਗੱਲਾਂ ਨਾਲ ਜੋੜ ਦਿੱਤਾ, ਗੁਰੂ ਸਾਹਿਬ ਦੇ ਸਿੱਖੀ ਪ੍ਰਚਾਰ ਤੋਂ ਹਿੰਦੁਸਤਾਨ ਦੀ ਰਾਜਨੀਤੀ ਖਸਰਾ ਮਹਿਸੂਸ ਕਰ ਰਹੀ। ਔਰ ਖਤਰਾ ਕਿਉਂ ਮਹਿਸੂਸ ਕਰ ਰਹੀ ਉਹ ਪਹਿਲਾਂ ਲਿਖਦਾ, ਕਹਿੰਦਾ ਨਦਾਨ ਮੁਸਲਮਾਨ ਤੇ ਹਿੰਦੂ ਗੁਰੂ ਦੇ ਸੇਵਕ ਬਣਦੇ ਜਾ ਰਹੇ ਨੇ। ਉਹਨਾਂ ਨਦਾਨਾਂ ਦੇ ਵਿੱਚ ਕੌਣ ਹੈ? ਵਜ਼ੀਰ ਖਾਨ, ਹਸਨ ਖਾਨ, ਸਾਈ ਮੀਰ। ਹੁਣ ਇੰਨੇ ਵੱਡੇ ਜਿਹੜੇ ਇਸਲਾਮ ਦੇ ਪ੍ਰਚਾਰਕ ਹੈ, ਜੇ ਉਹ ਸਿੱਖੀ ਦੇ ਨੇੜੇ ਆ ਰਹੇ ਨੇ, ਕੁਦਰਤੀ ਲੋਕਾਂ ਦੇ ਵਿੱਚ ਵੱਧ ਰਹੀ ਜਿਹੜੀ ਵਿਚਾਰਧਾਰਾ ਹੈ ਉਹ ਏਕਤਾ ਕੇਂਦਰਿਤ, ਜਿਹੜਾ ਉਹਦਾ ਇਸਲਾਮੀ ਰਾਜ ਉਹਦੇ ਖਿਲਾਫ ਹੋਵੇਗੀ। ਸੋ ਉਹ ਕਹਿੰਦਾ ਹੈ ਕਿ ਜੇਕਰ ਕਿਸੇ ਧਾਰਮਿਕ ਸ਼ਖਸੀਅਤ ਨੂੰ, ਚੰਗੇਜ਼ ਖਾਨ ਕਹਿੰਦਾ, ਜੇਕਰ ਕਿਸੇ ਧਾਰਮਿਕ ਸ਼ਖਸੀਅਤ ਨੂੰ ਦੇਣੀ ਮੌਤ ਦੀ, ਜਿਸ ਦੀ ਧਾਰਮਿਕ ਪ੍ਰਚਾਰ ਦੇ ਨਾਲ ਤੁਹਾਡੀ ਰਾਜਸੀ ਗੱਦੀ ਨੂੰ ਖਤਰਾ ਹੋਵੇ, ਤਾਂ ਉਹਨੂੰ ਉਹ ਸਜ਼ਾ ਦਿਓ ਕਿ ਸਜ਼ਾ ਦੇ ਦੌਰਾਨ ਉਸਦਾ ਖੂਨ ਜ਼ਮੀਨ ਤੇ ਨਾ ਡੁੱਲੇ। ਜੇਕਰ ਉਸਦਾ ਖੂਨ ਜ਼ਮੀਨ ਤੇ ਡੁੱਲੇਗਾ ਤਾਂ ਉਹਦੇ ਖੂਨ ਦੇ ਵਿੱਚੋਂ ਕਈ ਹੋਰ ਉਹੋ ਜਿਹੀ ਵਿਚਾਰਧਾਰਾ ਵਾਲੇ ਲੋਕ ਪੈਦਾ ਹੋਣਗੇ ਜਿਹੜੇ ਤੁਹਾਡੇ ਰਾਜ ਲਈ ਵੱਡਾ ਖਤਰਾ ਬਣਨਗੇ। ਉਹਨੇ ਫਿਰ ਅੱਗੇ ਸਜ਼ਾਵਾਂ ਤਜਵੀਜ਼ ਕੀਤੀਆਂ ਨੇ ਕਿ ਜਾਂ ਬੰਨ ਕੇ ਦਰਿਆ ਦੇ ਵਿੱਚ ਰੋੜ ਦਿੱਤਾ ਜਾਵੇ,
ਤਵੀ ਤੇ ਸਾੜਿਆ ਜਾਵੇ ਕਿ ਖੂਨ ਥੱਲੇ ਨਾ ਡਿੱਗੇ, ਨਾਲ ਨਾਲ ਸੜਦਾ ਜਾਵੇ, ਤੇ ਦੇਗ ਦੇ ਵਿੱਚ ਉਬਾਲਿਆ ਜਾਵੇ ਕਿ ਖੂਨ ਜ਼ਮੀਨ ਤੇ ਨਾ ਡੁੱਲੇ। ਇਹ ਹੈ ਸਿਆਸਤ ਬਾਬਾ ਯਾਸਾ ਦੀ ਧਾਰਾ। ਹੁਣ ਜਿਹੜਾ ਮੰਗੋਲ ਖਾਨ ਹੈ, ਇਹਦੇ ਤੋਂ ਇਹ ਧਾਰਾ ਜਿਹੜੀ ਜਹਾਂਗੀਰ ਤੱਕ ਕਿਵੇਂ ਆ ਗਈ? ਇਹਦੇ ਵਾਸਤੇ ਤੁਹਾਨੂੰ ਕਿਤਾਬ ਪੜ੍ਹਨੀ ਪਵੇਗੀ, ਫਾਰਸੀ ਦੀ ਖੁਲਾਸਤੁਲ ਤਵਾਰੀਖ, ਸੁਜਾਨ ਰਾਏ ਭੰਡਾਰੀ ਦੀ ਲਿਖੀ ਹੋਈ। ਜਿਹੜਾ ਚੰਗੇਜ਼ ਖਾਨ ਹੈ, ਅੱਗੋਂ ਆ ਕੇ ਇਹਦਾ ਬੇਟਾ ਉਗੋਦਈ ਖਾਨ ਸੀ। ਅੱਗੋਂ ਇਹਨਾਂ ਦਾ ਰਿਸ਼ਤਾ ਜਿਹੜਾ ਬਣਿਆ ਉਹ ਟਰਕਿਸ਼ ਫੈਮਿਲੀ ਦੇ ਨਾਲ ਬਣਿਆ ਹੈ, ਤੇ ਇਸ ਟਰਕਿਸ਼ ਫੈਮਿਲੀ ਔਰ ਮੰਗੋਲ ਫੈਮਿਲੀ ਦੀ ਜਿਹੜੀ ਦੋਹਾਂ ਦਾ ਆਪਸੀ ਮਿਲਾਪ ਹੈ, ਇਹਨਾਂ ਦੇ ਵਿੱਚੋਂ ਮੰਗੋਲ ਟ੍ਰੈਡੀਸ਼ਨ ਪੈਦਾ ਹੋਇਆ, ਜਿਨ੍ਹਾਂ ਦੇ ਵਿੱਚੋਂ ਬਾਬਰ ਪਹਿਲਾ ਮੰਗੋਲੀਅਨ ਰਾਜਾ ਸੀ ਜਿਸ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਗੁਰੂ ਨਾਨਕ ਸਾਹਿਬ ਦੇ ਸਮੇਂ, ਬਾਬਰ। ਹੁਣ ਜਿਹੜਾ ਅਸੀਂ ਮੁਗਲ ਸ਼ਬਦ ਵਰਤਦੇ ਹਾਂ ਨਾ, ਮੁਗਲ ਸ਼ਬਦ ਕੋਈ ਨਹੀਂ ਹੈ, ਇਹ ਮੰਗੋਲੀਅਨਸ ਦੇ ਵਾਸਤੇ ਵਰਤਿਆ ਗਿਆ। ਸਾਰੇ ਮੁਸਲਮਾਨ ਮੁਗਲ ਨਹੀਂ ਹੈ, ਪਠਾਣ ਵੱਖਰੇ ਨੇ, ਮੁਗਲ ਵੱਖਰੇ ਨੇ। ਗੁਰੂ ਨਾਨਕ ਸਾਹਿਬ ਨੇ ਬਾਣੀ ਸਮਝਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ। ਮੁਗਲ ਮੰਗੋਲੀਅਨ ਅਰੀਜ਼ਨ ਦੇ ਵਿੱਚੋਂ ਨੇ, ਉਹਦੇ ਕਰਕੇ ਉਹ ਜਿਹੜੀ ਵੀ ਕਾਨੂੰਨ ਦਾ ਦੀ ਕਿਤਾਬ ਸੀ ਉਹ ਚੰਗੇਜ਼ ਖਾਨ ਵਾਲੀ ਬਲੀਕ ਨੂੰ ਮੰਨਦੇ ਸੀ, ਤੇ ਗੁਰੂ ਅਰਜਨ ਸਾਹਿਬ ਨੂੰ ਜਿਹੜਾ ਤੱਤੀ ਤਵੀ ਦੇ ਉੱਪਰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ, ਉਹ ਸਿਆਸਤ ਬਾਬਾ ਯਾਸਾ ਦੀ ਧਾਰਾ ਸੀ। ਅਸੀਂ ਇਸ ਨੂੰ ਆਤਮ ਹੱਤਿਆ, ਆਤਮਘਾਤ ਨਾ ਬਣਾਈਏ। ਇਹਦੇ ਪਿੱਛੇ ਛੋਟੇ ਕਾਰਨ ਐਕਟੀਵੇਟਰ ਹੋ ਸਕਦੇ ਨੇ, ਸਹਾਇਕ ਕਾਰਨ ਹੋ ਸਕਦੇ ਨੇ, ਚੰਦੂ, ਕਾਨਾ, ਪੀਲੂ, ਛੱਜੂ, ਹਸਨ, ਪ੍ਰਿਥੀ ਚੰਦ, ਪਰ ਵੱਡਾ ਕਾਰਨ ਸੀ ਕਿ ਤੁਹਾਡੀ ਸਿੱਖੀ ਦਾ ਚੱਲ ਰਿਹਾ ਪ੍ਰਚਾਰ, ਜਿਹੜੀ ਤੁਹਾਡੀ ਵਿਚਾਰਧਾਰਾ ਦਾ ਪ੍ਰਚਾਰ ਆ, ਉਹ ਹਿੰਦੁਸਤਾਨ ਦੇ ਤਖ਼ਤ ਨੂੰ ਖਤਰਾ ਸੀ। ਕਾਰਨ ਬਹੁਤ ਵੱਡਾ ਸੀ, ਬਹੁਤ ਵੱਡਾ ਕਾਰਨ ਸੀ। ਸੋ ਗੁਰੂ ਸਾਹਿਬ ਨੂੰ ਤੱਤੀ ਤਵੀ ਦੇ ਉੱਪਰ ਬਿਠਾਇਆ ਗਿਆ, ਗੁਰੂ ਸਾਹਿਬ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ, ਉਸ ਤੋਂ ਬਾਅਦ ਬੰਨ ਕੇ ਨਦੀ ਦੇ ਕੰਢੇ ਦੇ ਉੱਪਰ ਗਰਮੀ 'ਚ ਸੁੱਟ ਦਿੱਤਾ ਗਿਆ। ਉਸ ਨੂੰ ਕਨ੍ਹੱਈਆ ਲਾਲ ਤਰੀਖੇ ਪੰਜਾਬ 'ਚ ਵੀ ਲਿਖਦਾ, ਉਸ ਨੂੰ ਕੇਸਰ ਸਿੰਘ ਸਿੱਬਲ ਬੰਸਾਵਲੀ ਨਾਮ 'ਚ ਵੀ ਲਿਖਦਾ, ਅਤੇ ਉਸ ਨੂੰ ਰਤਨ ਸਿੰਘ ਭੰਗੂ ਪ੍ਰਚੀਨ ਪੰਥ ਪ੍ਰਕਾਸ਼ ਦੇ ਵਿੱਚ ਵੀ ਲਿਖਦਾ। ਇੱਕ ਹਵਾਲਾ ਤਾਂ ਇਹ ਮਿਲਦਾ ਹੈ ਕਿ ਜਦੋਂ ਦਰਿਆ ਦੇ ਨਾਲ ਉੱਥੇ ਬੰਨ੍ਹ ਕੇ ਸੁੱਟੇ ਹੋਏ ਸੀ ਗੁਰੂ ਸਾਹਿਬ, ਅਤੇ ਇੱਕ ਮੁਗਲੇ ਕਾਫਰ ਨੇ ਮੰਦਾ ਅਲਾਈ, ਇਹ ਬੰਸਾਵਲੀ ਨਾਮੇ ਦਾ ਲਿਖਾਰੀ ਲਿਖਦਾ ਕਿ ਇੱਕ ਮੁਗਲ ਕਾਫਰ ਨੇ ਗੁਰੂ ਸਾਹਿਬ ਨੂੰ ਪੱਥਰ ਮਾਰਿਆ, ਚੋਟ ਭਰਵੱਟੇ ਉੱਪਰ ਆਏ ਲੱਗੀ, ਖੂਨ ਵਹਿਣ ਲੱਗਾ। ਜਿਹੜਾ ਖੂਨ ਵਹਿਣਾ ਇਹ ਹੁਕਮ ਦੀ ਉਲੰਘਣਾ ਸੀ। ਫਿਰ ਬੱਦੇ ਹੀ ਦਿੱਤੇ ਨਦੀ ਰੁੜਾਏ, ਕੀ ਗੁਰੂ ਅਰਜਨ ਦਰਿਆਏ ਨਾ ਰੋੜਿਓ, ਗੁਰੂ ਸਾਹਿਬ ਨੂੰ ਰਾਵੀ ਦਰਿਆ ਦੇ ਵਿੱਚ ਰੋੜ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਗੁਰੂ ਸਾਹਿਬ ਦੀ ਸ਼ਹਾਦਤ ਦਾ ਅਸਲੀ ਕਾਰਨ ਸੀ। ਅਸੀਂ ਆਪਣੇ ਇਤਿਹਾਸ ਨੂੰ ਪੜ੍ਹੀਏ, ਇਤਿਹਾਸ ਨੂੰ ਵਾਚੀਏ, ਇਤਿਹਾਸ ਨੂੰ ਇੱਕ ਨੀਵੇਂ ਪੱਧਰ ਦੇ ਉੱਪਰ ਨਾ ਲੈ ਕੇ ਜਾਈਏ ਕਿ ਚੰਦੂ ਵਰਗੇ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਾਰਨ ਬਣਾ ਕੇ ਗੁਰੂ ਸਾਹਿਬ ਦੀ ਅਜ਼ਮਤ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕਰੀਏ। ਮੇਰੇ ਬਹੁਤ ਹੀ ਸਤਿਕਾਰ ਦਿਓ ਵੱਡੇ ਵੀਰ ਜੀ ਰਵਿੰਦਰ ਸਿੰਘ ਹੁਣੀ ਆ ਗਏ ਨੇ, ਤੁਹਾਡੇ ਨਾਲ ਉਹਨਾਂ ਨੇ ਕੀਰਤਨ ਦੀ ਗੁਰਬਾਣੀ ਦੀ ਸਾਂਝ ਪਾਉਣੀ ਹੈ। ਮੇਰਾ ਵਕਤ ਸਮਾਪਤ, ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਕੋਈ ਦੱਸਣਾ ਵਾਂਝੀ ਨਾ ਰਹੇ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।